ਗਲੀਆਂ ਵੀ ਹੋਣ ਗਿਆ ਫਿਰ ਸਾਫ ਸੁਥਰੀਆਂ ਵੀ ਹੋਣੀਆਂ ਤੇ ਮੈਨੂੰ ਮੇਰਾ ਗੌਡਫਾਦਰ ਮਿਲ ਗਿਆ ਇਹ ਰੇਮੇ ਮਿੱਤਰ ਜੀ ਮੈਨੂੰ ਮਹਿਰ ਮਿੱਤਰ ਨੇ ਪਹਿਲੇ ਦਿਨ ਗੱਲ ਸਮਝਾਤੀ ਸੀ ਕਿ ਵਿਜੇ ਕਰਨਲ ਜੀ ਜਿੰਦਗੀ ਚ ਕਾਮਯਾਬ ਹੋਣਾ ਹੈ ਇੱਕ ਗੱਲ ਨੋਟ ਕਰ ਲੈ ਇਹ ਗੱਲ ਪੱਲੇ ਬੰਨ ਲੈ ਕਿ ਦੁਨੀਆ ਚ ਸਭ ਤੋਂ ਓਕਾ ਕੰਮ ਹੈ ਕਿਸੇ ਨੂੰ ਆਪਣੇ ਤੋਂ ਵੱਡਾ ਕਹਿਣਾ ਬਿਲਕੁਲ ਇਹ ਸੱਚ ਹੈ ਤੂੰ ਕਿਤੇ ਨਹੀਂ ਜਾਂਦਾ ਆਮ ਕਮੇਟੀ ਨੇ ਬੜੇ ਲਿਖੇ ਨਹੀਂ ਹੁੰਦੇ ਔਰ ਹੀ ਵਾਸੇ ਬਲੌਗ ਗ੍ਰੈਜੂਏਟ ਐਡਵੋਕੇਟ ਜੀ ਕਮਰਾ ਦੇ ਤੇ ਮੈਨੂੰ ਇਹ ਸੀ ਕਿ ਮੈਂ ਐਸੀ ਫਿਲਮ ਬਣਾਵਾਂ ਮੈਨੂੰ ਮੈਂ ਕੋਈ ਹਿੰਦੁਸਤਾਨ ਦਾ ਹਾਈएस्ट ਅਵਾਰਡ ਨੈਸ਼ਨਲ ਅਵਾਰਡ ਮੇਰੇ ਇੱਕ ਡ੍ਰੀਮ ਸੀ ਕਿ ਮੈਂ ਲਵਾਵਾਂ ਵਾਇ ਇਹ ਫਿਲਮ ਹੈ ਕਚਾਰੀ ਜਿੰਦੇ ਡਾਇਲੋਗ ਦੀ ਕੈਸਟ ਅਲੱਗ ਹੀ ਨਿਕਲੀ ਜੀ ਔਰ ਮਿਊਜ਼ਿਕ ਦੀ ਕੈਸਟ ਦੋਹਰੀ ਨਿਕਲੀ ਨੈਸ਼ਨਲ ਅਵਾਰਡ ਲੈਣ ਦੇ ਚੱਕਰ ਚ ਨਰਾ ਕਰ ਵੇ ਗਿਆ ਉਹ ਉਸ ਤੋਂ ਬਾਅਦ ਫਿਲਮ ਪ੍ਰੋਡਿਊਸ ਕਰਨ ਦਾ ਤੁਸੀਂ ਵਾਪਸ ਦੁਬਾਰਾ ਜਜ਼ਬਾ ਕਦੀ ਤੁਸੀਂ ਕੀਤੀ ਨਹੀਂ ਫਿਰ ਮੈਂ ਸੋਚਿਆ ਦਵਾਰਾ ਕਰ ਪਹਿਲਾਂ ਕਰ ਲਵਾਂਗਾ ਫਿਰ ਫਿਲਮਾਂ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਸਕਰੀਨ ਐਂਟਰਟੇਨਮੈਂਟ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੈਂ ਹਸਾਨਿਆ ਪੰਨੋ ਤੇ ਲੈ ਕੇ ਹਾਜ਼ਰਾਂ ਪ੍ਰੋਗਰਾਮ ਖੁੱਲੀਆਂ ਗੱਲਾਂ ਅੱਜ ਸਾਡੇ ਸਟੂਡੀਓ ਵਿੱਚ ਜਿਹੜੀ ਸ਼ਖਸੀਅਤ ਮੌਜੂਦ ਹਨ ਉਹ ਇੱਕ ਅਦਾਕਾਰ ਹਨ ਨਿਰਮਾਤਾ ਹਨ ਕੌਮੀ ਅਵਾਰਡ ਦੇ ਜੇਤੂ ਹਨ ਤੇ ਉਹਦੇ ਨਾਲ-ਨਾਲ ਇੱਕ ਬਿਹਤਰੀਨ ਇਨਸਾਨ ਵੀ ਹਨ ਜੋ ਆਪਣੀ ਜ਼ਿੰਦਗੀ ਦੇ 50 ਸਾਲਾਂ ਤੋਂ ਵੱਧ ਟਾਈਮ ਪੰਜਾਬੀ ਸਿਨੇਮਾ ਨੂੰ ਦੇ ਚੁੱਕੇ ਹਨ ਤੇ ਅੱਜ ਵੀ ਉਹ ਪੰਜਾਬੀ ਸਿਨੇਮਾ ਤੇ ਹਿੰਦੀ ਸਿਨੇਮਾ ਦੇ ਵਿੱਚ ਪੂਰੇ ਜੋਸ਼ ਨਾਲ ਸਰਗਰਮ ਹਨ ਆਪਣੇ ਸਮੇਂ ਦੇ ਪੰਜਾਬੀ ਫਿਲਮਾਂ ਦੇ ਸੋਹਣੇ ਤੇ ਸੁਨੱਖੇ ਹੀਰੋ ਤੇ ਅੱਜ ਦੇ ਚਰਿੱਤਰ ਕਲਾਕਾਰ ਵਜੋਂ ਵਿਚਰ ਰਹੀ ਇਹ ਹਸਤੀ ਹਨ ਵਿਜੇ ਟੰਡਨ ਜੀ ਆਓ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ ਉਹਨਾਂ ਦੀ ਨਿੱਜੀ ਜ਼ਿੰਦਗੀ ਤੇ ਫਿਲਮੀ ਸਫ਼ਰ ਦੇ ਦਿਲਚਸਪ ਕિસ્ਸੇ ਵਿਜੇ ਟੰਡਨ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖੁੱਲੀਆਂ ਗੱਲਾਂ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰੇ ਸ਼ਰੋਤਿਆਂ ਨੂੰ ਮੇਰਾ ਬਹੁਤ-ਬਹੁਤ ਪਿਆਰ ਅੱਜ ਬੜਾ ਵਧੀਆ ਮੌਕਾ ਮਿਲਿਆ ਹੈ ਸਾਨੀਆ ਪੰਨੂ ਜੀ ਨਾਲ ਦਿਲ ਦੀਆਂ ਖੁੱਲੀਆਂ ਗੱਲਾਂ ਕਰਨ ਵਾਸਤੇ ਗੱਲਾਂ ਖੁੱਲੀਆਂ ਵੀ ਹੋਣਗੀਆਂ ਤੇ ਸਾਫ਼ ਸੁਥਰੀਆਂ ਵੀ ਹੋਣਗੀਆਂ ਹਾਂਜੀ ਸਾਨੀਆ ਜੀ ਟੈਂਡਨ ਸਾਹਿਬ ਤੁਹਾਡਾ ਇਸ ਇੰਡਸਟਰੀ ਚ 50 ਸਾਲ ਤੱਕ ਤੁਸੀਂ ਕਹਿ ਰਹੇ ਸੀ ਥੋੜੀ ਦੇਰ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ 53 ਸਾਲ ਹੋ ਗਏ ਨੇ ਇਨਾ ਲੰਬਾ ਸਫ਼ਰ ਰਿਹਾ ਹੈ ਤੇ ਤੁਸੀਂ ਹੁਣ ਮੈਨੂੰ ਇਹ ਨਹੀਂ ਸਮਝ ਆ ਰਹੀ ਮੈਂ ਰੇਡੀਓ ਤੋਂ ਸ਼ੁਰੂ ਕਰਾਂ ਮੈਂ ਥੀਏਟਰ ਤੋਂ ਫਿਲਮਾਂ ਤੋਂ ਟੈਲੀਵਿਜ਼ਨ ਤੋਂ ਕਿੱਥੋਂ ਸ਼ੁਰੂ ਕਰਾਂ ਬਟ ਇਹ ਮੇਰਾ ਕੁਐਸਚਨ ਇਹ ਹੈ ਕਿ ਤੁਹਾਡੀ ਸ਼ੁਰੂਆਤ ਕਿੱਦਾਂ ਹੋਈ ਐਕਚੁਅਲੀ ਸਾਨਿਆ ਜੀ ਮੈਂ ਚੰਡੀਗੜ੍ਹ ਦਾ ਰਹਿਣ ਵਾਲਾ ਮੈਨੂੰ ਇਸ ਲਾਈਨ ਚ ਆਉਣ ਲਈ ਸਭ ਤੋਂ ਪਹਿਲਾਂ ਮੈਂ ਬੜਾ ਕਿਸਮਤ ਵਾਲਾ ਸੀ ਕਿ ਮੈਨੂੰ ਮੇਰਾ ਗੌਡਫਾਦਰ ਮਿਲ ਗਿਆ ਸ਼੍ਰੀ ਮੇਰ ਮਿੱਤਲ ਜੀ ਜੀ ਅਸੀਂ ਫਿਲਮਾਂ ਚਾਹੇ 1970 ਚ ਲੇਕਨ ਸੜੀ ਦੋਸਤੀ ਹੋਈ 1966 ਚ ਜੀ ਤੇ ਸਫ਼ਰ ਜਿਹੜਾ ਹੈ ਸਟਾਰਟ ਸੜਾ ਹੋਇਆ ਥੀਏਟਰ ਤੋਂ ਪਹਿਲਾਂ ਮੈਂ ਚੰਡੀਗੜ੍ਹ ਥੀਏਟਰ ਕਰਦਾ ਰਿਹਾ ਕਿਉਂਕਿ ਕਾਲਜ ਟਾਈਮ ਤੋਂ ਲੈ ਕੇ ਇਸ ਚੀਜ਼ ਐ ਇੰਟਰਸਟ ਸੀਗਾ ਕਿ ਮੈਂ ਐਕਟਰ ਬੰਨਾ ਹਾਲਗੇ ਮੇਰੀ ਫੈਮਿਲੀ ਵਿੱਚ ਕੋਈ ਬੰਦਾ ਇਸ ਲੈ ਵਿੱਚ ਨਹੀਂ ਸੀਗਾ ਜੀ ਲੇਕਿਨ ਮੈਨੂੰ ਮੇਰ ਬੇਤਰਤੀਬੀ ਬਹੁਤ ਸਪੋਰਟ ਰਹੀ ਫਾਈਨੈਂਸ਼ੀਅਲੀ ਵੀ ਔਰ ਵੈਸੇ ਵੀ ਮੇਰੇ ਤੋਂ ਵੱਡੇ ਸੀ ਉਮਰ ਚ ਪੜੇ ਲਿਖੇ ਸੀ ਆਮ ਕਮੇਡੀਅਨਾਂ ਦੇ ਨੇ ਬੜੇ ਲਿਖੇ ਨਹੀਂ ਹੁੰਦੇ ਹੀ ਵਾਸ ਐ ਲੋ ਗ੍ਰੈਜੂਏਟ ਐਡਵੋਕੇਟ ਸੀ ਇਹ ਕੰਮ ਕਰਦੇ ਸੀ ਜੀ ਤੇ ਉਹ ਪਲੇ ਅਸੀਂ ਕਰਦੇ ਕਰਦੇ ਇੱਕ ਪਲੇ ਕੀਤਾ ਮਿੱਤਰ ਸਾਹਿਬ ਦਾ ਲਿਖਿਆ ਹੋਇਆ ਪਲੇ ਸੀਗਾ ਲਾਡਲਾ ਜੀ ਫੁੱਲ ਆਫ ਕਾਮੇਡੀ ਹਮਮ ਔਰ ਉਥੇ ਵੱਡੇ ਵੱਡੇ ਲੋਕ ਆਦੇ ਸੀ ਪਰ ਸ਼ਿਵ ਬਟਾਲ ਵੀ ਆ ਕੇ ਸਿਰਫ ਇੰਨਾ ਹੱਸਦੇ ਜ ਖੁੱਲ ਕੇ ਮਤਲਬ ਉਹ ਪਲੇ ਬਹੁਤ ਸੁਪਰ ਹਿੱਟ ਹੋਇਆ ਉਹ ਪਲੇ ਦੇਖਣ ਆਏ ਜੀ ਪੰਜਾਬ ਦੇ ਬਹੁਤ ਵੱਡੇ ਗੀਤਕਾਰ ਇੰਦਰਜੀਤ ਹਸਨਪੂਰੀ ਜੀ 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 ਜਿਹਨਾਂ ਦੇ ਗੀਤ ਬਹੁਤ ਚੱਲੇ ਜੀ ਗੜਵਾਲਿਆ ਦੇ ਚਾਂਦੀ ਦਾ ਲਖੇਲੇ ਮਜਾਜਣ ਜਾਂਦੀ ਦਾ ਉਹਨੇ ਪਲੇ ਦੇਖਿਆ ਤੇ ਉਹਨਾਂ ਨੂੰ ਅਸੀਂ ਦੋਨੋਂ ਸਾਡੀ ਪਰਫਾਰਮੈਂਸ ਅੱਛੀ ਲੱਗੀ। ਉਹ ਕਹਿੰਦੇ ਯਾਰ ਮੈਂ ਫਿਲਮ ਬਣਾ ਰਿਹਾ ਤੇਰੀ ਮੇਰੀ ਇੱਕ ਜਿੰਦੜੀ। ਜੀ। ਤੇ ਉਸ ਫਿਲਮ ਚ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੇ ਕਾਸਟ ਕੀਤਾ। ਔਰ ਤੇਰੀ ਮੇਰੀ ਕਿ ਜਿੰਦੜੀ ਵਰਿੰਦਰ ਮੇਰ ਮਥਲ ਔਰ ਮੈਂ ਸਾਡੀ ਤਿੰਨਾਂ ਦੀ ਪਹਿਲੀ ਫਿਲਮ ਸੀ। ਲੇਕਿਨ ਉਹ ਫਿਲਮ ਬੰਦੇ ਬੰਦੇ ਉਸ ਟਾਈਮ ਲੱਗਿਆ ਕਿਉਂਕਿ ਵੱਡੇ ਐਕਟਰ ਸੀਗੇ ਬਾਅਦ ਚ ਧਰਮਿੰਦਰ ਜੀ ਨੇ ਕੰਮ ਕੀਤਾ ਉਸ ਫਿਲਮ 'ਚ ਔਰ ਰਜਿੰਦਰ ਖਵਾ ਨੇ ਕੰਮ ਕੀਤਾ। ਤੇ ਪਹਿਲੇ ਵੱਡੇ ਐਕਟਰ ਸੀਗੇ ਜੌਨੀ ਵਾਕਰ ਜੀ ਉਹਨਾਂ ਮੈਮੋ ਜੂਨੀਅਰ ਇਨ ਅ ਮੇਨ ਟਾਈਮ ਉਹ ਸਾਡਾ ਪਲੇ ਸੀ ਉਹ ਐਨਾ ਹਿੱਟ ਹੋ ਗਿਆ ਕਿ ਮੇਰ ਮਿੱਤਰ ਜੀ ਕਹਿੰ ਲੈ ਕੇ ਵੀ ਜੰਡਨ ਆਪਾਂ ਐਸ ਤਰ੍ਹਾਂ ਕਰਦੇ ਆਂ ਆਪਾਂ ਇਹਦੀ ਫਿਲਮ ਨਾ ਬਣਾ ਦੀ ਅੱਛਾ ਤੇ ਮਰੀ ਠੀਕ ਹੈ ਉਹਨੇ ਆਪਣੀ ਕੰਪਨੀ ਬਣਾਈ ਐਮ ਐਮ ਫਿਲਮਸ ਪ੍ਰਾਈਵੇਟ ਲਿਮਟਿਡ ਸ਼ੇਅਰ ਹੋਲਡਰ ਸੀਗੇ ਕਰਕੇ ਐਨੀਵੇ ਉਸੇ ਫਿਲਮ ਬਣਾਤੀ ਮਾ ਦਾ ਲਾਡਲਾ ਓਕੇ ਉਹ ਚ ਫਿਰ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਐਜ਼ ਹੀਰੋ ਲਿਆ ਮੇਰੇ ਨਾਲ ਮੇਰਾ ਰਹੀ ਸੀ ਔਰ ਅਸੀਂ ਗੈਸਟ ਇਸ ਇੱਕ ਅਟਰੈਕਸ਼ਨ ਹੁੰਦੀ ਸੀ ਪੰਜਾਬੀ ਫਿਲਮਾਂ ਚ ਜਿਸ ਤਰ੍ਹਾਂ ਧਰਮਿੰਦਰ ਜੀ ਨੇ ਮੇਰੇ ਖਾਲ ਕੋਈ ਪਤਰਾ 20 ਫਲਵਾ ਕੀਤੀਆਂ ਗੈਸਟ ਰੋਲ ਅਸੀਂ ਹੁੰਦੇ ਮੇਰੇ ਨਾਲ ਫਲਿਆ ਸੀ ਵਿਨੋਦ ਖੰਨਾ ਜੀ ਔਰ ਤਨੂਜਾ ਜੀ ਕਿਉਂਕਿ ਤਨੂਜਾ ਜੀ ਦੇ ਮੈਂ ਤਾਂ ਬਹੁਤ ਵੱਡੇ ਫੈਨ ਸੀ ਇਸ ਤਰ੍ਹਾਂ ਕਰਕੇ ਅਸੀਂ ਫਿਲਮ ਰਾਈ ਮਾ ਦਾ ਲਾੜਲਾ ਜਿਹੜੀ ਕਿ 1973 ਚ ਰਿਲੀਜ਼ ਹੋਈ ਸੋਰੀ ਮੈਂ ਤੁਹਾਨੂੰ ਇੰਟਰਪਟ ਕਰ ਰਹੀ ਹਾਂ ਮੇਰਾ ਕੁਐਸਚਨ ਹੈ ਕਿ ਤੁਸੀਂ ਜਦੋਂ ਤੇਰੀ ਮੇਰੀ ਜਿੰਦੜੀ ਫਿਲਮ ਚ ਕਾਸਟ ਕੀਤੇ ਗਏ ਉਹਦੇ ਚ ਤੁਹਾਡਾ ਰੋਲ ਕੀ ਸੀਗਾ ਉਹ ਜੋ ਮੇਰੇ ਬਿੱਤ ਦਾ ਕੋਮੇਡੀ ਸੀਗਾ ਮੇਰਾ ਉਹ ਜੀਵਨ ਸਾਹਿਬ ਦੇ ਨਾਲ ਐਜ਼ ਵਿਲਨ ਮੇਰਾ ਕਰੈਕਟਰ ਸੀਗਾ ਉਹਦੇ ਓਕੇ ਉਹ ਅੱਗੇ ਚੱਲ ਕੇ ਵੀ ਮੈਂ ਦੱਸਾਂ ਸੋਣਿਆ ਜੀ ਸ਼ਾਇਦ ਭੋਰ ਜਾਵਾਂ ਕਿ ਹੀਰੋ ਬਣਨ ਦੇ باوجود ਵੀ ਇਸ ਇੰਡਸਟਰੀ 'ਚ ਸ਼ਾਇਦ ਵਾਇਦ ਇਕੱਲਾ ਮੈਂ ਹੀਰੋ ਸੀਗਾ ਜਿਹੜਾ ਹੀਰੋ ਵੀ ਕਰਦਾ ਰਿਹਾ ਔਰ ਵਿਲਨ ਵੀ ਕਰਦਾ ਰਿਹਾ ਹਾਂਜੀ ਤੇ ਇਸ ਕਰਕੇ ਮੈਨੂੰ ਉਸ ਕੋ ਫਰਕ ਨਹੀਂ ਪਿਆ ਕਿ ਮੈਂ ਥੀਏਟਰ 'ਚ ਮੋਸਟਲੀ ਵਿਲਨ ਕਰਦਾ ਸੀਗਾ ਅ ਟੰਡਨ ਜੀ ਤੁਸੀਂ ਜਿਵੇਂ ਦੱਸਿਆ ਕਿ ਥੀਏਟਰ ਕਰਦੇ ਰਹੇ ਹੋ ਫਿਰ ਤੁਸੀਂ ਫਿਲਮਾਂ 'ਚ ਥੀਏਟਰ ਦੀ ਲਾਈਫ ਬਹੁਤ ਅਲੱਗ ਹੈ ਐਕਟਿੰਗ ਬਹੁਤ ਅਲੱਗ ਹੈ ਤੇ ਫਿਲਮਾਂ ਦੇ ਵਿੱਚ ਜਦੋਂ ਤੁਸੀਂ ਸੈੱਟ ਤੇ ਕੋਈ ਛੋਟੇ ਜਿਹੇ ਫਰੇਮ ਚ ਆਪਾਂ ਕੰਮ ਕਰਨਾ ਉਹ ਫਰਸਟ ਡੇ ਤੁਹਾਨੂੰ ਉਹ ਬਟਰਫਲਾਈਜ਼ ਉਦਾਂ ਦਾ ਕੁਝ ਫੀਲ ਹੋਇਆ ਕਿਦਾਂ ਦਾ ਮਤਲਬ ਥੋੜਾ ਫਰਸਟ ਡੇ ਪਹਿਲਾ ਸ਼ਾਟ ਕੀ ਫੀਲ ਕਰ ਰਹੇ ਸੀ ਉਸ ਦਿਨ ਤੁਸੀਂ ਇਫ ਯੂ ਕੈਨ ਐਕਸਪਲੇਨ ਇਹ ਇਸ ਕਰਕੇ ਕਿ ਥੀਏਟਰ ਜਦੋਂ ਤੁਹਾਨੂੰ ਇੱਕ ਬੈਨੀਫਿਟ ਹੁੰਦਾ ਥੀਏਟਰ ਲਾਊਡ ਹੈ ਮੈਂ ਤੁਹਾਨੂੰ ਕਹਿੰਦਾ ਸਾਨੀ ਜੀ ਕੀ ਹਾਲ ਹੈ ਉੱਥੇ ਕਹਿੰਦਾ ਸਾਨੀਆ ਜੀ ਕੀ ਹਾਲ ਹੈ ਸੋ ਉਹ ਇੱਕ ਥੋੜਾ ਵੌਇਸ ਦਾ ਬੇਸ ਔਰ ਥੋੜਾ ਕੌਨਫिडेंस ਕੌਨਫੀਡੈਂਸ ਬਹੁਤ ਹੁੰਦਾ ਜੀ ਜੀ ਸਿਨੇਮਟੋਰੀ ਰਿਡਿਜ ਹੋਣ ਕੋਈ ਅਥਾਰਟੀ ਨਹੀਂ ਹੁੰਦਾ ਤੇ ਇਸ ਕਰਕੇ ਮੈਨੂੰ ਕੋਈ ਬਹੁਤ ਫਰਕ ਨਹੀਂ ਪਿਆ ਸਿਰਫ ਇਹਨਾਂ ਸੀਗਾ ਕਿ ਆਪਣੀ ਫੀਲਿੰਗਸ ਆਪਣੀ ਪਰਫਾਰਮੈਂਸ ਥੋੜੀ ਕੰਪੈਕਟ ਕੰਪੈਰਡ ਕਰਕੇ ਥੋੜੀ ਕੰਟਰੋਲ ਕਰਕੇ ਕਰਨੀ ਤੇ ਕਦੇ ਕਿਸੇ ਚੈਪਟਰ ਦਾ ਕੋਈ ਡਰ ਨਹੀਂ ਲੱਗਿਆ ਕਦੇ ਕੋਈ ਕੰਪਲੈਕਸ ਨਹੀਂ ਆਇਆ ਗਿਆ ਰਿਐਕਟਰ ਵੱਡਾ ਹਾਂ ਰਿਸਪੈਕਟ ਸਰ ਨਹੀਂ ਕੀਤੀ ਜੀ ਔਰ ਜਿਹੜੀ ਤੁਸੀਂ ਗੱਲ ਪਹਿਲਾਂ ਕਿਹਾ ਕਿ ਮੈਨੂੰ 53 ਸਾਰੇ ਸਾਇਲੈਂਸ ਕਿਸ ਤਰ੍ਹਾਂ ਹੋ ਗਏ ਰਿਸਪੈਕਟ ਤੋਂ ਕਰਦਾ ਕਿ ਮੈਨੂੰ ਮਹਿਰ ਮਿੱਤਰ ਨੇ ਪਹਿਲੇ ਦਿਨ ਗੱਲ ਸਮਝਾਤੀ ਸੀ ਕਿ ਵਿਜੇਟ ਹਨ ਜੇ ਜਿੰਦਗੀ ਚ ਕਾਮਯਾਬ ਹੋਣਾ ਹੈ ਇੱਕ ਗੱਲ ਨੋਟ ਇਹ ਗੱਲ ਪੱਲੇ ਬੰਨ ਲੈ ਕਿ ਦੁਨੀਆ 'ਚ ਸਭ ਤੋਂ ਔਖਾ ਕੰਮ ਹੈ ਕਿਸੇ ਨੂੰ ਆਪਣੇ ਤੋਂ ਵੱਡਾ ਕਹਿਣਾ ਬਿਲਕੁਲ ਇਹ ਸਿੱਖ ਲੈ ਤੂੰ ਕਿਤੇ ਨਹੀਂ ਜਾਂਦਾ ਔਰ ਅੱਜ ਦੇਖੋ ਐਨਾ ਕੰਮ ਕਰਨ ਦੇ باوجود ਵੀ ਮੈਂ 8 ਫਰਮਾਂ ਮੇਰੀ ਰਿਲੀਜ਼ ਹੋ ਰਹੀਆਂ ਹੁਣੇ ਮੈਂ ਸ਼ੂਟਿੰਗ ਕਰਨ ਆਇਆ ਹੋਇਆ ਮੇਰੀ ਫਿਲਮ ਹੈ ਇੱਕ ਗੱਡੀ ਜਾਂਦੀ ਛਲਾਂਗਾ ਮਾਰਦੀ ਮੁਕੱਦਰ ਰਿਲੀਜ਼ ਹੋ ਰਹੀ ਹੈ ਮੇਰੀ ਉਬੂ ਮੈਂ ਡਰ ਗਈ ਰਿਲੀਜ਼ ਹੋ ਰਹੀ ਹੈ ਮੇਰੀ ਪਰਿੰਦਰ ਰਿਲੀਜ਼ ਹੋ ਰਹੀ ਹੈ ਮੈਂ ਸੋਚ ਕਰਕੇ ਕਿ ਨੇਚਰ ਅੱਛੀ ਰੱਖੀ ਔਰ ਹਰ ਫਿਲਮ ਜਿਸ ਤਰ੍ਹਾਂ ਮੇਰੀ ਏਜ ਹੈ ਹਰ ਫਿਲਮ ਚ ਦਾਦਾ ਵੀ ਚਾਹੀਦਾ ਜੱਟ ਐ ਚਾਹੀਦਾ ਜੱਸ ਸਰਪੰਚ ਚਾਹੀਦਾ ਚੌਧਰੀ ਚਾਹੀਦਾ ਉਹ ਕਹਿੰਦੇ ਯਾਰ ਵਿਜੇਟਾ ਨੂੰ ਬੁਲਾ ਲਓ ਬੰਦਾ ਵਧੀਆ ਤੇ ਬਿਲਕੁਲ ਆਬਵੀਅਸਲੀ ਸਾਡੀ ਬਿਹੇਵੀਅਰ ਨੇਚਰ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਅੱਛਾ ਜਿਹੜੀਆਂ ਤੁਸੀਂ ਉਸ ਟਾਈਮ ਤੇ ਪੁਰਾਣੀਆਂ ਫਿਲਮਾਂ ਦੇ ਵਿੱਚ ਐਜ਼ ਅ ਹੀਰੋ ਕੰਮ ਕਰ ਰਹੇ ਸੀ ਉਹਨਾਂ ਫਿਲਮਾਂ ਚ ਤੁਹਾਡੀ ਕੋਈ ਪਸੰਦੀਦਾ ਜਿਹੜੀ ਤੁਹਾਡੀ ਆਪਣੀ ਫਿਲਮ ਚ ਤੁਹਾਨੂੰ ਉਹ ਕਿਰਦਾਰ ਜੀਆਂ ਕੋਈ ਪਸੰਦੀਦਾ ਹੋਈਆਂ ਫਿਲਮ ਕੰਟੈਂਟ ਪੁਰਾਣੀ ਫਿਲਮਾਂ ਚ ਕਿਹੜੀ ਤੁਹਾਡੀ ਆਪਣੀ ਆਪਣੀ ਫਿਲਮ ਕਿਹੜੀ ਪ੍ਰਿੰਸ ਪਸੰਦੀਦਾ ਹੈ ਜੀ ਐਜ਼ ਅ ਹੀਰੋ ਕੋ ਹੋਗੇ ਤਾਂ ਮੈਂ ਫਿਲਮ ਕੀਤੀ ਸੀ ਸਰਦਾਰ ਆਜ਼ਮ ਜੀ ਜਿਹੜੀ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਈਫ ਤੇ ਸੀ ਜੀ ਮੈਂ ਮੇਨ ਰੋਲ ਕੀਤਾ ਸੀਗਾ ਔਰ ਮੈਨੂੰ ਮੇਰੀ ਲਾਈਫ ਦੀ ਬੈਸਟ ਫਿਲਮ ਸੀ ਉਹ ਵਿਦਿਆਸਨਾ ਮੇਰੇ ਭੈਣ ਬਣੇ ਸੀਗੇ ਪਾਵਨਾ ਪਟੇਰੋਂ ਸੀਗੀ ਅੱਛੇ ਚੈਕਟਰ ਸੀਗੇ ਮਦਰਪੁਰੀ ਸਾਹਿਬ ਰਜ਼ਾ ਮੁਰਾਦ ਮਨਮੋਹਨ ਕ੍ਰਿਸ਼ਨ ਔਰ ਰਫੀ ਸਾਹਿਬ ਦੇ ਗਾਣੇ ਐਨੇ ਹਿੱਟ ਹੋਏ ਸੀਗੇ ਜੀ ਆਨਸਰ ਜਵਾਬ ਦਾ 뮤직 ਉਹ ਮੇਰੀ ਲਾਈਫ ਦੀ ਬੈਸਟ ਪਰਫਾਰਮੈਂਸ ਮੈਂ ਬੜੀ ਤਪਸ਼ ਕੀਤੀ ਕਿ ਇੱਕ ਸ਼ਹੀਦ ਦੀ ਲਾਈਵ ਤੇ ਫਿਲਮ ਚ ਕੰਮ ਕਰਨਾ ਫਿਰ ਐਜ਼ ਅ ਫਿਲਮ ਮੇਕਰ ਕਹੋ ਮੇਰੀ ਲਾਈਫ ਦੀ ਜਿਹੜੀ ਬਹੁਤ ਡੇੜਿਆ ਉਹ ਮੇਰੀ ਆਪਣੀ ਫਿਲਮ ਮੈਂ ਬਣਾਈ ਸੀ ਕਚੈਰੀ ਹਾਂਜੀ ਮੈਂ ਉਹਦੇ ਤੇ ਯਾਰੀ ਸੀਗੀ ਉਹ ਤੁਹਾਡਾ ਐਸੇ ਪ੍ਰੋਡਿਊਸਰ ਕਿਦਾਂ ਦਾ ਐਕਸਪੀਰੀਅੰਸ ਰਿਹਾ ਕਚੈਰੀ ਦਾ ਐਕਸਪੀਰੀਅੰਸ ਦੇਖੋ ਜੀ ਥੋੜੇ ਜਿਹਾ ਜਜ਼ਬਾ ਚਾਹੀਦਾ ਕਿ ਮੈਂ ਕੁਝ ਅਚੀਵ ਕਰਨਾ ਹੈ ਕੋਈ ਮਤਲਬ ਮੁਲਕ ਵਾਸਤੇ ਕੁਝ ਕਰਦਾ ਕੋਈ ਫੈਮਿਲੀ ਵਾਸਤੇ ਕੁਝ ਕਰਦਾ ਕਿ ਬੰਦਾ ਕੰਦਾ ਯਾਰ ਮੇਰਾ ਨਾ ਹੋਣਾ ਚਾਹੀਦਾ ਕਿ ਮੈਂ ਇੱਕ ਅੱਛੀ ਨੀਟ ਐਂਡ ਕਲੀਨ ਫਿਲਮ ਬਣਾਈ ਤੇ ਮੈਨੂੰ ਇਹ ਸੀ ਕਿ ਮੈਂ ਐਸੀ ਫਿਲਮ ਬਣਾਵਾਂ ਮੈਨੂੰ ਮੈਂ ਕੋਈ ਹਿੰਦੁਸਤਾਨ ਦਾ ਹਾਈਐਸਟ ਅਵਾਰਡ ਨੈਸ਼ਨਲ ਅਵਾਰਡ ਹੈ ਮੇਰੇ ਇੱਕ ਡ੍ਰੀਮ ਸੀ ਕਿ ਮੈਂ ਲਵਾ ਉਹ ਫਿਲਮ ਬਣਾਈ ਉਹ ਚ ਮੈਂ ਗੁਰਦਾਸ ਮਾਨ ਸਾਹਿਬ ਸੀਗੇ ਜੋਗਰਾਜ ਸਿੰਘ ਸੀਗੇ ਅ ਰਮਾ ਵੀ ਸੀਗੇ ਔਰ ਪਹਿਲੀ ਫਿਲਮ ਸੀ ਪਰ ਗੌਂਤਵਾਦੀ ਜਿਹੜੀ ਰਿਲੀਜ਼ ਹੋਈ ਮੈਂ ਉਹ ਚ ਮੇਨ ਵਿਲਨ ਕੀਤਾ ਕਚੈਰੀ ਕਚੈਰੀ ਜੀ ਔਰ ਫਿਲਮ ਲਿਖੀ ਵੀ ਮੈਂ ਜੀ ਔਰ ਉਸ ਫਿਲਮ ਦੀ ਇੱਕ ਖੂਬੀ ਇਹ ਸੀ ਕਿ ਅੱਜ ਤੱਕ ਜਿੰਨੀਆਂ ਫਿਲਮਾਂ ਬਣੀਆਂ ਪੰਜਾਬੀ ਦੀਆਂ ਵਾਇਲ ਇੱਕ ਫਿਲਮ ਹੈ ਕਚਾਰੀ ਜਿਹਦੇ ਡਾਇਲੋਗ ਦੀ ਕੈਸਟ ਅਲੱਗ ਵੀ ਨਿਕਲੀ ਸੀ ਔਰ ਮਿਊਜ਼ਿਕ ਦੀ ਕੈਸਟ ਦੋ ਵਾਰੀ ਨਿਕਲੀ ਸੀ ਦੈਟਸ ਗ੍ਰੇਟ ਸੋ ਇਸ ਕਰਕੇ ਬੜਾ ਪ੍ਰਾਊਡ ਫੀਲ ਹੁੰਦਾ ਹੈ ਹਾਲਾਂਕਿ ਕਿਸੇ ਟਾਈਮ ਇੱਕ ਹੁੰਦਾ ਨਾ ਕਿ ਖੁਸ਼ੀ ਔਰ ਗਮ ਵਾਲੀ ਗੱਲ ਕੁਝ ਮੇਰੇ ਨਾਲ ਦੇ ਬੰਦੇ ਜਾਂ ਮੇਰੇ ਕੰਮ ਸੰਭਾਲਣ ਵਾਲੇ ਐਨੀਵੇ ਕੁਝ ਹੋ ਗਿਆ ਕਿ ਮੇਰੀ ਉਸ ਨੈਸ਼ਨਲ ਅਵਾਰਡ ਲੈਣ ਦੇ ਚੱਕਰ 'ਚ ਮੇਰਾ ਘਰ ਵੇਚ ਗਿਆ ਓ ਫਿਰ ਤੁਸੀਂ ਵਾਪਸ ਇੱਕ ਜ਼ੀਰੋ ਤੇ ਆਉਣਾ ਫਿਰ ਵਾਪਸ ਆਪਣੇ ਆਪ ਨੂੰ ਰਿਵਾਈਵ ਕਰਨਾ ਫਿਰ ਖੜੇ ਹੋਣਾ ਬੜਾ ਮੁਸ਼ਕਲ ਕੰਮ ਹੈ ਫਿਰ ਤੁਸੀਂ ਕਿੱਦਾਂ ਵਾਪਸ ਆਪਣੇ ਆਪ ਨੂੰ ਰਿਵਾਈਵ ਕੀਤਾ ਬਸ ਪੀਜਸ ਮੈਂ ਗੁਰੂ ਮਹਾਰਾਜ ਨੂੰ ਬਹੁਤ ਮੰਨਦਾ ਵਾਹਿਗੁਰੂ ਨੇ ਬੜੀ ਕਿਰਪਾ ਰੱਖੀ ਮੇਰੇ ਤੇ ਔਰ ਬੰਦਾ ਹੀ ਕਹਿੰਦਾ ਕਿ ਇਹ ਸੱਚੇ ਬੋਝਾ ਜੋ ਕਰਾਰੇ ਤੁਸੀਂ ਕਰਾਰੇ ਤੁਸੀਂ ਹੰਵਾਲ ਲੈ ਤੁਸੀਂ ਉੱਪਰ ਚੱਕ ਰਹੇ ਸਰੰਡਰ ਕਰ ਦਿੱਤਾ ਤੁਸੀਂ ਵਾਹਿਗੁਰੂ ਜੀ ਨੂੰ ਔਰ ਅੱਜ ਮੈਂ ਦੇਖੋ ਫਿਰ ਉਸ ਮਕਾਮ ਤੇ ਖੜਾ ਇਹ ਕੋਈ ਵੈਗਰਦੀ ਗੱਲ ਗੁਰੂ ਮਹਾਰਾਜ ਜੀ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਮੈਂ ਪਰੇਸ਼ਾਨ ਹੋ ਗਿਆ ਥੋੜਾ ਜਿਹਾ ਸ਼ਾਇਦ ਤੁਹਾਨੂੰ ਪਤਾ ਹੋਵੇ ਸਿੱਖ ਰੇਲੀਆਂ ਚ ਗੋਇੰਦਵਾਲ ਸਾਹਿਬ ਗੁਰਦੁਆਰਾ ਗੋਇੰਦਵਾਲ ਹਾਂਜੀ ਹਾਂਜੀ ਉੱਥੇ 84 ਬੋੜੀਆਂ ਥੱਲੇ ਜੀ ਅੰਮ੍ਰਿਤਸਰ ਤੋਂ ਹੀ ਮੈਂ ਔਰ ਸਾਡੇ ਨੇੜੇ ਹੀ ਹੈ ਗੋਇੰਦਵਾਲ ਸਾਹਿਬ ਗਏ ਹਾਂ ਮੈਂ ਬਹੁਤ ਵਾਰ ਹਾਂਜੀ ਉੱਥੇ ਬੋਲੀ ਸਾਹਿਬ ਦੀ ਇਸ਼ਨਾਨ ਕਰੋ ਹਾਂਜੀ ਫਿਰ ਪਹਿਲੀ ਬੋੜੀ ਦਾ ਪਾਠ ਕਰੋ ਜਪਜੀ ਸਾਹਿਬ ਦਾ ਹਾਂਜੀ ਫਿਰ ਇਸ਼ਨਾਨ ਕਰੋ ਫਿਰ ਦੂਜੀ ਬੋੜੀ ਦੀ ਇਹਵੇਂ 84 ਇਸ਼ਨਾਨ ਕਰਨੇ ਆ ਹਰ ਪੋੜੇ ਦੇ ਪਾਰ ਕਰਦੇ ਵਾਲਾ ਮੈਂ ਹਾਂਜੀ ਹਾਂਜੀ ਫਿਰ ਜਦੋਂ ਪਰੇਸ਼ਾਨ ਹੋ ਗਏ ਫਿਰ ਉਹ ਤੇ ਪਾਠ ਕਰਕੇ ਆਇਆ ਜਾਏ ਤੇ ਵੈਸੇ ਤੁਸੀਂ ਤਾਂ ਪਾਠ ਚ 22 ਘੰਟੇ ਲੱਗੇ ਸੀ ਲਗਾਤਾਰ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਫਿਰ ਸਿੱਖ ਧਰਮ ਚ ਇੰਨਾ ਜ਼ਿਆਦਾ ਰੁਝਾਨ ਦੇ ਸਾਰੇ ਤਰ੍ਹਾਂ ਦੇ ਕੋ ਹੈ ਪਰ ਜਮਦੇ ਮੇਰੀ ਦਾਦੀ ਨੇ ਮੇਰੇ ਫਾਦਰ ਸਾਹਿਬ ਨੇ ਉਹ ਪਹਿਲੇ ਉਂਗਲ ਫੜ ਕੇ ਗੁਰਦੁਆਰਾ ਸਾਹਿਬ ਗਏ ਹਾਂਜੀ ਪੁਰਾਣੇ ਟਾਈਮ ਚ ਤਾਂ ਕੁਝ ਹੈ ਨਹੀਂ ਸੀ ਤਾਂ ਤੇਰੇ ਫਾਦਰ ਸਾਹਿਬ ਬਹੁਤ ਬਹੁਤ ਭਗਤੀ ਕਰਦੇ ਸੀ ਜੀ ਉਹ 50 ਸਾਲ ਦੀ ਮਰਜ਼ੀ ਉਹਨਾਂ ਦੀ ਤਨ ਗੁਜ਼ਰੇ 85 ਸਾਲ ਤੋਂ ਮੈਨੂੰ ਲੱਗਦਾ ਹੈ ਕਿ ਮੇਰੇ ਫਾਦਰ ਸਾਹਿਬ ਨੇ 70 ਸਾਲ ਪਾਰ ਧੀ ਕੀਤਾ ਹ ਹਮਤਿਜ਼ ਕਰਕੇ ਫਿਰੋ ਬਾਕੀ ਮੈਂ ਗੁਰਦੁਆਰੇ ਵੀ ਜਾਣਾ ਮੰਦਰ ਵੀ ਜਾਣਾ ਜਿੱਥੇ ਜਾਓ ਹਰ ਜਗ੍ਹਾ ਮਾਥਾ ਟੇਕੋ ਇਹ ਵੀ ਮੇਰੇ ਫਾਦਰ ਕਹਿੰਦੇ ਸੀ ਜੇਕਰ ਜਨਾਨੀਆਂ ਬੈਠੀਆਂ ਤੇ ਕੋਈ ਜਨਾਨੀ ਬੈਠੇ 100 ਬੰਦਾ ਬੈਠਾ ਜੀ ਉਹ ਸਭ ਦੀ ਇਜਜ਼ਤ ਕਰੇ ਪਰ ਖਸਮ ਇੱਕ ਹੋ ਜਾਏਦਾ ਤੇ ਮੇਰਾ ਕਹ ਬਿਲਕੁਲ ਸਹੀ ਮੇਰਾ ਖਸਮ ਵਾਗਰੂ ਬਿਲਕੁਲ ਜੀ ਬਿਲਕੁਲ अच्छा फिर ਤੁਹਾਡਾ ਜਿਹੜਾ ਸਫਰ ਰਿਹਾ ਪੰਜਾਬੀ ਫਿਲਮਾਂ ਤੋਂ ਹਿੰਦੀ ਫਿਲਮ ਇੰਡਸਟਰੀ ਵਲ ਟੈਲੀਵਿਜ਼ਨ ਹਿੰਦੀ ਫਿਲਮ ਇੰਡਸਟਰੀ ਉਹ ਕਿੱਦਾਂ ਸ਼ੁਰੂਆਤ ਹੋਈ ਨਾ ਰਾਈਟਿੰਗ ਦਾ ਸ਼ੌਕ ਉਹਨੂੰ ਸ਼ੁਰੂ ਤੋਂ ਸੀਗਾ ਕੋਈ ਜਦ ਮੈਂ ਥੀਏਟਰ ਕਰਦਾ ਸੀਗਾ ਤੇ ਮੈਂ ਵੱਡੇ ਵੱਡੇ ਮਦਨ ਅਪਲੇ ਕੀਤਾ ਜਿਹੜੇ ਰਾਈਟਰ ਵੀ ਸੀਗੇ ਜਿਸ ਤਰ੍ਹਾਂ ਬਲਵੰਤਕਾਰ ਜੀ ਸਾਹਿਬ ਬਹੁਤ ਵੱਡੇ ਡਾਇਰੈਕਟਰ ਜੀ ਜਿਹੜੇ ਹੋਰ ਡਰਾਮਾ ਡਿਸਟਿਗ ਹੈ ਆਪਣਾ ਹਰਜਰਨ ਸਿੰਘ ਜੀ ਗੁਰਜਰਨ ਸਿੰਘ ਜੀ ਔਰ ਸੁਰਜੀਤ ਸਿੰਘ ਸੇਠੀ ਔਰ ਪਾਵਾ ਟਿਵਾਨਾ ਕਪੂਰ ਸਿੰਘ ਕੋਮਨ ਪਟਿਆਲੇ ਕੋ ਨਾਲ ਲੋਕ ਨੇ ਮਹਿੰਦਰ ਚੰਦੂ ਔਰ ਸ਼ੇਵ ਬਟਾਲਵੀ ਐਡਵਰਟ ਗੀਤਕਾਰ ਇੱਕ ਸਾਡਾ ਪਲੇ ਸੀ ਗਗਨ ਮਥਾਲ ਗੁਰਨਾਨ ਸਿੰਘ ਸਾਹਿਬ ਤੇ ਹਾਂਜੀ ਹਾਂਜੀ ਗਗਨ ਮਥਾਲ ਉਹ ਚ ਸ਼ੇਵ ਬਟਾਲਵੀ ਨੇ ਗੀਤ ਲਿਖਿਆ ਸੀ ਔਰ ਐ ਲਿਖਦੇ ਸੀ ਗੀਤ ਫਟਾਫਟ ਇਹਨਾਂ ਲੋਕਾਂ ਦੀ ਸਹੂਬਤ ਕਰਕੇ ਨਾ ਮੈਂ ਇਹਨਾਂ ਕੋਲ ਸਿੱਖਦਾ ਰਿਆ ਉਹ ਚ ਇੱਕ ਸੀਨ ਸੀਗਾ ਕਿ ਗੁਰਨਾਨ ਸਿੰਘ ਸਾਹਿਬ ਘਰ ਛੱਡ ਕੇ ਜਾ ਰਹੇ ਆ ਗੁਰਨਾਨ ਸਿੰਘ ਸਾਹਿਬ ਤੇ ਸਟੇਜ ਤੇ ਨਹੀਂ ਦਿਖਾ ਸਕਦੇ ਸੀ ਇੱਕ ਸਟੇਜ ਤੇ ਪਲੇਟਫਾਰਮ ਬਣਾਇਆ ਉਹ ਤੇ ਇੱਕ ਪਾਸੇ ਗੁਰਨਾਨ ਸਾਹਿਬ ਦੇ ਮਾਤਾ ਜੀ ਬੈਠੇ ਆ ਇੱਕ ਪਾਸੇ ਉਹਨਾਂ ਦੀ ਧਰਮ ਪਤਨੀ ਬੈਠੇ ਆ ਤੇ ਗੁਰਨਾਨ ਸਭ ਘਰ ਛੱਡ ਕੇ ਜਾ ਰਹੇ ਆ ਤੇ ਗਾਰਗੀ ਸਾਹਿਬ ਨੇ ਸ਼ਿਵ ਨੂੰ ਕਿਹਾ ਕਿ ਸ਼ਿਵ ਇਹ ਇੱਥੇ ਚਾਰ ਲੈਣਾ ਚਾਹੀਦੀ ਪਿੱਛੋਂ ਮਿਊਜ਼ਿਕ ਚੱਲੇਗਾ ਕੋਈ ਲਿਖ ਔਰ ਸਾਨੀ ਜੀ ਸ਼ਿਵ ਪਟਾਲੀ ਸਾਹਿਬ ਨੇ ਦੂਜੇ ਕਮਰੇ ਚ ਗਏ ਮਰ ਗਿਆ 5 ਮਿੰਟ ਬਾਅਦ ਆ ਗਏ ਕਹਿੰਦੇ ਗਾਰਗੀ ਲਿਖ ਇਧਰ ਮਾਦਰ ਹੈ ਇਧਰ ਵਾਈਫ ਹੈ ਇਕਦੇ ਸਿਰ ਦਾ ਸਾਂਗੀ ਚੱਲਿਆ ਜੀ ਇੱਕ ਦੀ ਅੱਖ ਦਾ ਨੂਰ ਜੀ ਇੱਕਦੇ ਸਿਰ ਦਾ ਸਾਂਗੀ ਚੱਲਿਆ ਇੱਕ ਦੀ ਅੱਖ ਦਾ ਨੂਰ ਇੱਕਦੇ ਥਨ ਵਿੱਚ ਬਿਰਹ ਹੋਵੇ ਇੱਕ ਦੀ ਮੰਗ ਸ਼ਦੂ ਸੋ ਮੈਂ ਦੇਖਦਾ ਸੀ ਕਿੰਨੇ ਮਤਲਬ 2 ਮਿੰਟ ਲੈ ਕੇ ਆਵੇ ਫਿਰ ਉਹਨੇ ਸਭ ਵਿੱਚ ਬੈਠ ਬੈਠ ਕੇ ਮੈਂ ਲਿਖਣਾ ਸ਼ੁਰੂ ਕਰਤਾ ਮੈਂ ਕਈ ਸ਼ੇਰ ਲਿਖੇ ਪੰਜਾਬੀ ਦੇ ਕਚੇਰੀ ਮੈਲ ਹੀ ਫਿਲਮ ਕਈ ਹਿੰਦੀ ਦੇ ਸ਼ੇਰ ਲਿਖੇ ਲਿਖਦੇ ਰਹੇ ਤੇ ਫਿਰ ਮੈਂ ਇੱਕ ਬੜੀ ਅੱਛੀ ਮੇਰੇ ਦਿਮਾਗ ਤੇ ਮੈਂ ਬਾਰਡਰ ਤੇ ਗਿਆ ਅਮਰਸਰ ਕਿ ਜਿਹੜੇ ਸ਼ਾਮ ਨੂੰ ਪ੍ਰੇਡ ਕਰਦੇ ਆ ਉਧਰ ਪਾਕਿਸਤਾਨ ਵਾਲੇ ਤੇ ਇੰਡੀਆ ਵਾਲੇ ਹਾਂਜੀ ਕਿ ਜਦੋਂ ਜੰਗ ਹੁੰਦੀ ਹੈ ਜਿਹੜੇ ਕਹਿੰਦੀ ਮਰ ਜਾਂਦੇ ਲੜਾਈ ਉਹ ਤਾਂ ਸ਼ਹੀਦ ਹੋ ਗਏ ਜਿਹੜੇ ਬਾਕੀ ਘਰ ਵਾਪਸ ਆ ਗਏ ਜਿਹੜੇ ਨਾ ਸ਼ਹੀਦ ਹੋਏ ਨਾ ਘਰ ਵਾਪਸ ਆ ਉਹ ਕਿੱਥੇ ਗਏ ਹੂੰ ਫਿਰ ਮੈਂ ਕਿਹਾ ਉਹ ਬਨ ਜਾਂਦੇ ਪ੍ਰਿਜ਼ਨਰ ਹੋਵਾਰ ਜੰਗੀ ਕੈਦੀ ਜੀ ਫਿਰ ਮੈਂ ਜੰਗੀ ਕੈਦੀਆਂ ਨੂੰ ਲੈ ਕੇ ਫਿਲਮ ਇੱਕ ਕਹਾਣੀ ਲਿਖੀ ਜਿਹਦਾ ਨਾਮ ਸੀ ਸਰਹੱਦ ਪਾਰ ਓਕੇ ਉਹ ਫਿਰ ਹਿੰਦੀ ਫਿਲਮ ਬਣੀ ਜਿੰਦੇ ਚ ਸੰਜੇ ਦਾ ਥੇਰੋ ਸੀ ਜੀ ਆ ਤੱਬੂ ਸੀ ਮਹਿਮਾ ਚੌਧਰੀ ਸੀ ਔਰ ਰਮਨ ਕੁਮਾਰ ਡਾਇਰੈਕਟਰ ਜੀ ਤੁਸੀਂ ਐਜ਼ ਅ ਰਾਈਟਰ ਹੋ ਕੀਤੀ ਤੇ ਉਸ ਤੋਂ ਬਾਅਦ ਉਹ ਫਿਲਮ ਪ੍ਰੋਡਿਊਸ ਕਰਨ ਦਾ ਤੁਸੀਂ ਵਾਪਸ ਦੁਬਾਰਾ ਜਜ਼ਬਾ ਕਦੀ ਤੁਸੀਂ ਕੀਤੀ ਨਹੀਂ ਫਿਰ ਮੈਂ ਸੋਚਿਆ ਦੁਬਾਰਾ ਕਰ ਪਹਿਲਾਂ ਕਰ ਲਵਾਂਗਾ ਫਿਰ ਫਿਲਮ ਨਹੀਂ ਉਹ ਦੁਬਾਰਾ ਵੇਚਣ ਨੂੰ ਦੇ ਕਰਾਂਗੇ ਜਲਦੀ ਸ਼ੁਰੂ ਕਰੇ ਹਮ ਇਸ ਟਾਈਮ ਪ੍ਰੋਜੈਕਟ ਹੈ ਕਚੈਰੀ ਤੋਂ ਬਾਅਦ ਹੁਣ ਸੋਚ ਰਹੇ ਕਚੈਰੀ 2 ਦੁਬਾਰਾ ਬਣਾਈ ਜਾਏ ਨਹੀਂ ਉਹ ਤਾਂ ਹੈ ਆਪਣੀ ਲਾਈਫ ਦੇ ਗਲਤੀਆਂ ਤੋਂ ਬੰਦਾ ਬਹੁਤ ਕੁਝ ਸਿੱਖਦਾ ਐਕਸਪੀਰੀਅੰਸ ਤੋਂ ਫਿਰ ਅੱਗੇ ਚੱਲਦਾ ਹੈ ਸੋ ਜਦੋਂ ਤੁਹਾਡੀ ਸ਼ੁਰੂਆਤ ਹੋਈ ਸੀ ਤੁਸੀਂ ਐਜ਼ ਅ ਹੀਰੋ ਆਈ ਹੈਵ ਸੀਨ ਕਪਲ ਆਫ ਯੋਰ ਫਿਲਮਸ ਤੇ ਫੋਟੋਗ੍ਰਾਫਸ ਬਹੁਤ ਹੈਂਡਸਮ ਸੀਗੇ ਤੁਸੀਂ ਉਸ ਟਾਈਮ ਤੇ ਉਦੋਂ ਜਿਹੜੇ ਉਸ ਟਾਈਮ ਦੇ ਕਲਾਕਾਰ ਸੀਗੇ ਜਿਹੜੇ ਮੇਨ ਐਕਟਰਸ ਸੀ ਉਸ ਟਾਈਮ ਤੇ ਕਿਦਾਂ ਦਾ ਮਾਹੌਲ ਸੀ ਕੰਪੀਟੀਸ਼ਨ ਸੀ ਜਿਵੇਂ ਵਰਿੰਦਰ ਕੈਰੀ ਸੀ ਤੁਸੀਂ ਨਾਲ ਹੋਰ ਵੀ ਬਹੁਤ ਸਾਰੇ ਸੀ ਤੇ ਆਪਣੇ ਆਪ ਨੂੰ ਸਾਬਿਤ ਕਰਨਾ ਮੁਸ਼ਕਲ ਹੋ ਜਾਂਦਾ ਤੇ ਜਿਹੜੀ ਕੰਪੀਟੀਸ਼ਨ ਉਸ ਟਾਈਮ ਤੇ ਕਿਦਾਂ ਦਾ ਸੀ ਕੰਪੀਟੀਸ਼ਨ ਨਹੀਂ ਹੁੰਦਾ ਸੀ ਇੱਕ ਹੁਸੈਨ ਇਹ ਇੱਕ ਫੈਕਟਰ ਹੈ ਜੈਲਸੀ ਹਾਂਜੀ ਹਾਂਜੀ। ਤੇ ਉਦੋਂ ਹੀ ਹੋਣ ਵੀ ਹੈ। ਅੱਛਾ ਜੀ। ਠੀਕ ਹੈ ਨਾ? ਜੀ। ਮੈਂ ਮੇਰ ਮਿੱਤਰ ਦੇ ਬਹੁਤ ক্লোਜ਼ ਸੀ। ਜੀ। ਮੇਰ ਮਿੱਤਰ ਸਾਹਿਬ ਦੀ ਵਿਰਿੰਦਰ ਨਾਲ ਹੀ ਸੀ ਬੰਦੀ। ਹਾਂਜੀ। ਕਿਉਂਕਿ ਮੈਂ ਮੇਰ ਮਿੱਤਰ ਦਾ ਬੰਦਾ ਸੀ ਇਸ ਕਰਕੇ ਵਿਰਿੰਦਰ ਨੇ ਮੈਨੂੰ ਕਦੀ ਆਪਣੀ ਫਿਲਮ ਚ ਨਹੀਂ ਲਿਆ। ਹਾਂਜੀ ਇਹ ਚੀਜ਼ਾਂ ਹੋ ਗਈਆਂ। ਇਹ ਜਿਹੜੇ ਗਰੁੱਪ ਯੂਜ਼ਮ ਹੈ ਇਹ ਉਦੋਂ ਹੀ ਸੀ ਹੋਣ ਵੀ ਸੀ। ਵੈਸੇ ਵਿਰਿੰਦਰ ਨਾਲ ਕੰਮ ਕੀਤਾ ਮੈਂ ਟਾਕਰਾ ਚ ਕੰਮ ਕੀਤਾ ਇੱਕ ਹੋਰ ਫਿਲਮ ਚ ਕੰਮ ਕੀਤਾ। ਜਾਂ ਅਦਰਵਾਈਜ਼ ਮੇਲੇ ਮਨਨ ਸਭ ਠੀਕ ਸੀਗੇ। ਉਹਦਾ ਕੰਪੀਟੈਂਸੀ ਉਹਦਾ ਫਿਲਮ ਕੱਟ ਬੰਦੀਆਂ ਸੀ ਬਹੁਤ। ਉਹ ਤਾਂ ਦੇਖੋ ਮੈਨੇ 6-6 ਫਿਲਮਾਂ ਲਗਦੀਆਂ ਉਹ ਤਾਂ ਸਾਲ 6 ਫਿਲਮਾਂ ਬੰਦੀਆਂ ਸੀਗੀਆਂ 8-10 ਬੰਦੀਆਂ ਸੀਗੀਆਂ ਤੇ ਆਦਰਵਾਈਜ਼ ਹਰ ਬੰਦਾ ਦੂਜੇ ਸਟ੍ਰਗਲਰ ਦੀ ਹੈਲਪ ਕਰਨਾ ਚਾਹੁੰਦਾ ਜੀ ਜੀ ਉਸ ਟਾਈਮ ਦੇ ਉੱਤੇ ਉਸ ਟਾਈਮ ਤੇ ਕਿ ਉਹਦੇ ਫਿਲਮਾਂ ਬੰਦੀਆਂ ਸੀ ਸਾਰੀਆਂ ਬੰਬੇ ਮੋਸਟਲੀ ਉਹਦੇ ਰਣਾ ਪੰਜਾਬ ਆਣਾ ਸ਼ੂਟਿੰਗ ਕਰਨੇ ਚਲੇ ਜਾਣਾ ਸਿਰੀਆਂ ਸਾਰੇ ਉੱਤੇ ਟੀਵੀਜ਼ਨ ਉੱਤੇ ਪੰਜਾਬੀ ਸ਼ਿਰਕ ਫਿਰ ਉੱਤੇ ਬਣਨਾ ਸ਼ੁਰੂ ਹੋਇਆ ਹੁਣ ਅੱਜ ਇਹ ਮੇਰੇ ਖਿਆਲ ਇੱਕ ਵਕਸੇ ਦਾ ਮੇਰੇ ਅੱਠ ਤੱਕ ਸੀਰੀਅਲ ਕੱਟੇ ਚੱਲਦੇ ਸੀ ਅਲਫਾ ਤੇ ਵੀ ਚੱਲ ਰਿਹਾ ਹੁੰਦਾ ਸੀ ਉਦੋਂ ਜੀ ਤੇ ਵੀ ਚੱਲ ਰਿਹਾ ਹੁੰਦਾ ਸੀਗਾ ਮੈਂ ਕਈ ਸੀਰੀਅਲ ਲਿਖੇ ਵੀ ਪਰ ਮਨ ਜਿੱਤੇ ਜਗਜੀਤ ਸੀਰੀਅਲ ਬਹੁਤ ਹਟਾ ਜੀ ਮੈਂ ਔਰ ਹਰਦੀਪ ਗਲ ਰੋਲ ਕੀਤਾ ਸੀਗਾ ਮਤਲਬ ਮੇਰੀ ਲਾਈਫ ਦਾ ਬੈਸਟ ਸੀਰੀਅਲ ਪੰਜਾਬੀ ਦਾ ਤੇ ਦੋ ਗਾਲ ਘੜੀ ਆਪਣੀ ਮਿੱਟੀ ਸੀ ਜਿਸ ਵਾਸਤੇ ਪਟਿਆਲਾ ਕੰਮ ਕੀਤਾ ਲੇਕਿਨ ਉਹਦੇ باوجود ਮੈਂ ਬੰਬਈ ਜਾ ਕੇ ਵੱਡੇ ਫਿਲਮਾਂ ਦੇ ਡਾਇਰੈਕਟਰ ਉਹਨੇ ਸੀਰੀਅਲ ਸ਼ੁਰੂ ਕੀਤੇ ਰਮੇਸ਼ ਜੱਪੀ ਜੀ ਜੀ ਸ਼ੋਲੇ ਦਾ ਡਾਇਰੈਕਟਰ ਸ਼ੋਲੇ ਫਿਲਮ ਸ਼ਾਨ ਫਿਲਮ ਸੀਤਾ ਵਰਗੀ ਦਾ ਉਹਨੇ ਸੀਰੀਅਲ ਬਣਾਜੀ ਬੁਨਿਆਦ ਬਹੁਤ ਪਪੂਲਰ ਹੋਇਆ ਆ ਇੰਡੀਆ ਦਾ ਵਨ ਆਫ ਦਾ ਫਾਈਨੇਸਟ ਸੀਰੀਅਲ ਮੈਂ ਹੋਰ ਕੰਮ ਕੀਤਾ ਮੈਂ ਰਾਮਾਨਾ ਸਾਗਰ ਸਾਹਿਬ ਦੀ ਸੀਰੀਅਲ ਕੰਮ ਕੀਤਾ ਆ ਦਾਦਾ ਦਾਦੀ ਦੀਆਂ ਕਹਾਣੀਆਂ ਮੈਂ ਗੁਲਜ਼ਾਰ ਸਾਹਿਬ ਨੇ ਇੱਕ ਸੀਰੀਅਲ ਲਿਖਿਆ ਸੀਗੇ ਇੱਕ ਕਹਾਣੀ ਹੋਰ ਮਿਲੀ ਹੋਰ ਕੰਮ ਕੀਤਾ ਸੋ ਤਾਰਾ ਸੀਰੀਅਲ ਬਹੁਤ ਚਲਿਆ ਮੈਂ ਹੋਰ ਕੰਮ ਕੀਤਾ ਸੋ ਟੈਲੀਵਿਜ਼ਨ ਇੱਥੇ ਵੀ ਕਰਦੇ ਰਹੇ ਉੱਥੇ ਵੀ ਕਰਦੇ ਰਹੇ ਹਾਂ ਇਹ ਹੁਣ ਹੋ ਗਿਆ ਕਿ ਜਿਹੜਾ ਰੀਜਨਲ ਸਿਨੇਮਾ ਬਹੁਤ ਅੱਗੇ ਨਿਕਲ ਗਿਆ ਸਾਰ ਪਾਸੇ ਆ ਦੇਖੋ ਪੰਜਾਬ ਦੇ ਫਿਲਮੀਆਂ ਛੋਟੀਆਂ ਪੰਜਾਬ 'ਚ ਘਟ ਹੋ ਰਹੀਆਂ ਕੈਨੇਡਾ ਜ਼ਿਆਦਾ ਹੋ ਰਹੀਆਂ ਪੰਜਾਬੀ ਫਿਲਮਾਂ ਇੰਗਲੈਂਡ ਜ਼ਿਆਦਾ ਹੋ ਰਹੀ ਹੈ ਸੋ ਸਾਰੀ ਪੰਜਾਬੀ ਫਿਲਮ ਇੰਡਸਟਰੀ ਅੱਜ ਪੰਜਾਬ ਬੈਠੀ ਹੈ ਮੋਹਾਲੀ ਬੈਠੀ ਹੈ ਤੇ ਹੁਣ ਇੱਥੇ ਕੰਪੀਟੀਸ਼ਨ ਜਿਹੜਾ ਹੈ ਇਸ਼ ਕਰਕੇ ਘਟ ਗਏ ਫਿਲਮਾਂ ਬਹੁਤ ਬਣ ਰਹੀਆਂ ਔਰ ਕੰਮ ਸਭ ਨੂੰ ਮਿਲ ਰਿਹਾ ਜੀ ਤਨਨ ਸਾਹਿਬ ਤੁਸੀਂ ਜਿੱਦਾਂ ਮੇਲ ਮਿੱਤਲ ਜੀ ਦੇ ਬਾਰੇ ਤੁਸੀਂ ਗੱਲ ਕੀਤੀ ਹੈ ਉਹਨਾਂ ਦੇ ਨਾਲ ਕੋਈ ਵਧੀਆ ਜਿਹਾ ਵਕਤ ਬਿਤਾਇਆ ਹੋਵੇ ਜਾਂ ਕੋਈ ਯਾਦਗਾਰ ਜਾਂ ਕੋਈ ਕਿੱਸਾ 50 50 ਸਾਲ ਹੈ ਵਧੀਆ ਜੀ ਉਹ ਤਾਂ ਜਿਹੜੇ 50 ਸਾਲ ਕੁਝ ਯਾਦਗਾਰ ਅੱਜ ਵੀ ਲੱਗਦਾ ਕੋ ਮੇਰੇ ਨਾਲ ਹੈ ਉਹਨਾਂ ਦਾ ਬੜਾ ਆਸਰਾ ਸੀ ਠੀਕ ਹੈ ਬਹੁਤ ਵੱਡਾ ਕਮੇਡੀ ਸੀ ਬਹੁਤ ਤਕਲੀਫਾਂ ਵੀ ਦੇਖਦੇ ਸੀਗੇ ਮੈਂ ਫੋਰਚੂਨ ਦੀ ਕਰੇਜ਼ ਦੇਖੀ ਬੜੀ ਕਰੇਜ਼ ਫੋਰਨ ਕਟੇ ਲੇਕਿਨ ਕਈ ਪਰੇਸ਼ਾਨੀਆਂ ਹੁੰਦੀਆਂ ਸੀਗੀਆਂ ਜਿਸ ਤਰ੍ਹਾਂ ਹਰ ਬੰਦਾ ਜਾਂਦਾ ਮੇਰੀ ਵਿਰਾਸਤ ਅੱਗੇ ਚਲਾਉਣ ਵਾਲਾ ਕੋਈ ਹੋਵੇ ਮੇਰਾ ਪੁੱਤ ਹੋਵੇ ਉਹ ਇੱਕ ਬਹੁਤ ਵੱਡੀ ਟ੍ਰੈਜੇਡੀ ਰਹੀ ਉਹਦੀ ਲਾਈਫ 'ਚ ਕੀ ਉਹਦੀ ਬੇਟੀਆਂ ਪਰਮਾਤਮਾ ਨੇ ਦਿੱਤੇ ਸੀ ਦੋ ਬੇਟੇ ਪਰ ਰਹੇ ਨਹੀਂ ਉਹ ਉਸ ਚੀਜ਼ ਦਾ ਦੁੱਖ ਕਾਫੀ ਮਹਿਸੂਸ ਕਰਦੇ ਸੀ ਜਿਦਾ ਤੁਸੀਂ ਜਿੰਨੀ ਵੀ ਆਪਣੀ ਗੱਲਬਾਤ ਹੋਈ ਉਹ ਤੋਂ ਮੈਨੂੰ ਇਹ ਲੱਗਿਆ ਕਿ ਜਿਵੇਂ ਤੁਹਾਨੂੰ ਤੁਸੀਂ ਬੜੇ ਬlesed ਰਹੇ ਆ ਤੁਹਾਡੇ ਵਾਲੇ ਦੁਆਲੇ ਬੜੀ ਹੀ ਟੈਲੈਂਟਡ ਔਰ ਬਹੁਤ ਹੀ ਵਧੀਆ ਜਿਨ੍ਹਾਂ ਦੇ ਕਾਫੀ ਨਾਮੀ ਨੇ ਜਿਵੇਂ ਬਲੰਤਕਾਰ ਜੀ ਸ਼ਿਵ ਕੁਮਾਰ ਜੀ ਮੇਲ ਮਿੱਤਰ ਜੀ ਤੇ ਇੱਥੇ ਤੇ ਤੁਹਾਨੂੰ ਪੰਜਾਬ ਚ ਤੁਸੀਂ ਕੰਮ ਕਰ ਰਹੇ ਸੀ ਫਿਰ ਤੁਸੀਂ ਬੰਬੇ ਗਏ ਜਿਵੇਂ ਅੱਜ ਕੱਲ ਸਟਰਗਲ ਹੁੰਦਾ ਆ ਬੰਬੇ ਚ ਆ ਕੇ ਕਿੰਨੇ ਤੱਕੇ ਖਾਣੇ ਤੁਸੀਂ ਬੰਬੇ ਚ ਵੀ ਬਹੁਤ ਵੱਡੀਆਂ ਵੱਡੀਆਂ ਜਿਵੇਂ ਸਿੱਪੀ ਜੀ ਦਾ ਨਾਮ ਲਿਆ ਤੁਸੀਂ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਨਾਲ ਕੰਮ ਕੀਤਾ ਤੇ ਸਟਰਗਲ ਦਾ ਪੀਰੀਅਡ ਕੋਈ ਰਿਹਾ ਬੰਬੇ ਵਿੱਚ ਇਹ ਤੋਂ ਉੱਥੇ ਜਾਣ ਤੋਂ ਬਾਅਦ ਮੈਂ ਜਦੋਂ ਨਵਨਗੈਸ਼ ਹੋ ਉਹਦਾ ਹੀ ਹੁੰਦਾ ਸੀਗਾ ਸਗਰ ਮੈਂ ਔਰ ਮਿੱਤਰ ਸਾਹਿਬ ਜਾਂਦੇ ਸੀ ਕਈ ਵਾਰੀ ਸਾਡੇ ਟਿਕਟ ਬੱਕੋ ਨਹੀਂ ਸੀ ਹੁੰਦੀ ਅਸੀਂ ਬਾਥਰੂਮਾਂ ਦੇ ਬਾਹਰ ਬਹਿ ਕੇ ਜਾਂਦੇ ਰਹੇ ਅਸੀਂ ਇਕੱਲੇ ਨਹੀਂ ਬਹੁਤ ਲੋਕ ਜਾਂਦੇ ਰਹੇ ਕੋਈ ਮੈਂ ਅਸੀਂ ਇਕੱਲੇ ਨਾਲ ਸੱਭੇ ਗਏ ਤੇ ਇਸ ਤਰ੍ਹਾਂ ਹੂੰ ਹੂੰ ਤੇ ਜਾਣਾ ਉੱਥੇ ਗੈਸਟ ਹਾਊਸ ਇੱਕ ਬੈੱਡ ਲੈ ਲੈਣਾ 2 ਰੁਪਏ ਰੋਜ਼ ਦਾ ਕਿਰਾਇਆ ਤੇ ਬੈੱਡ ਲੈ ਕੇ ਰਹਿੰਦੇ ਸੀ ਬੈੱਡ ਇੱਕ ਕਮਰੇ ਦੇ 12-12 ਬੈੱਡ ਲੱਗੇ ਰਹੇ ਲੇਕਿਨ ਛੇਗਾ ਲੇਕਿਨ ਮਿੱਤਰ ਸਾਹਿਬ ਉਹਨਾਂ ਪਰਮਾਤਮਾ ਬਹੁਤ ਜਲਦੀ ਮਿਹਰਬਾਨ ਹੋ ਗਿਆ ਉਹਨਾਂ ਨੇ ਫਲੈਟ ਵੀ ਲਿਆ ਆਪਣਾ ਤੇ ਅਸੀਂ ਕਗੋ ਪਹਿਲੀ ਫਿਲਮ ਤੇ ਉਹਨੇ ਚੱਲ ਗਿਆ ਕਿ ਦੇਖੋ ਉਹ ਐਡੇ ਵੱਡੇ ਐਕਟਰ ਬਣ ਗਿਆ ਕਿ 20 ਸਾਲ ਕੰਟੀਨਿਊਸਲੀ ਹਾਂਜੀ ਉਹਨੇ ਵੀ ਨਾ ਕੋਈ ਫਿਲਮ ਨਹੀਂ ਬਣੀ ਜੀ ਦੋ ਤਿੰਨ ਫਿਲਮਾਂ ਬਣੀਆਂ ਮੈਂ ਨਾ ਲੈ ਸਕਦਾ ਫਿਲਮਾਂ ਜੋ ਸੈਂਸਰ ਸੈਂਸਰ ਹੋ ਗਈਆਂ ਜੋ ਰਿਲੀਜ਼ ਹੋਣ ਲੱਗੀ ਉਹ ਕਹਿੰਦੇ ਮੇਰੇ ਮੇਰੇ ਮਤਲਬ ਕਿਤੇ ਨੇ ਮੇਰੇ ਮਤਲਬ ਦੁਆਰਾ ਸ਼ੂਟਿੰਗ ਕਰਕੇ ਐਡ ਕਰਕੇ ਫਿਲਮ ਫਿਰ ਸੈਂਸਰ ਕਰਾਈ ਗਈ ਹੂੰ 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 ਤਾਂ ਐਨੀ ਮਤਲਬ ਉਸ ਬੰਦੇ ਦੇ ਕਰੇ ਉਹਨੇ ਹਿੰਦੀ ਫਿਲਮਾਂ 'ਚ ਕੰਮ ਕੀਤਾ ਔਰ ਉਹਨਾਂ ਨੇ ਦੇਖੋ ਅਮਤਾ ਬਚਰਾ ਕੰਮ ਕੀਤਾ ਆਪਣੀ ਫਿਲਮ ਜਿ ਵੈਰੈਟੀ ਬਾਊ ਜੋ ਜੀ ਤਰਮਿੰਦਰ ਭਾਜੀ ਨਾਲ ਮਨੋਜ ਕੁਮਾਰ ਸਾਹਿਬ ਨਾਲ ਹੂੰ ਕਿਹੜੇ ਬਦਲ ਉਹਨਾਂ ਨੇ ਕੰਮ ਕੀਤਾ ਔਰ ਉਹਨਾਂ ਦੀ ਕਰੇਜ਼ ਫੋਰਸ ਬੱਲੇ ਪੁੱਛੇ ਨਾ ਜਾਂਦੇ ਸੀ ਸ਼ੋਅ ਚ ਗਏ ਸੀ ਵੀ ਰਿਸ਼ੀ ਗੋਪਾਲ ਜਸਿੰਦਰ ਨਾਲ ਐਮਾ ਜੀ ਨਾਲ ਲੋਕਾਂ ਨੇ ਰੌਲਾ ਪਾਤਾ ਇੰਗਲੈਂਡ ਇੱਕ ਐਨਾਨਸਰ ਆ ਵੀ ਅਭੀ ਜਸਿੰਦਰ ਜੀ ਉਹ ਡਾਂਸ ਕਰਨਗੇ ਨੋ ਮੇਰ ਮਿਤਰ ਮੇਰ ਮਿਤਰ ਮੇਰ ਮਿਤਰ ਵਾਓ ਔਰ ਪਾਕਿਸਤਾਨੀ ਕਾਮੇਡੀਅਨਾਂ ਨਾ ਭੁੱਲ ਗਿਆ ਉਹ ਵਾਪਸ ਚਲੇ ਗਿਆ ਤੁਸ ਯਾਰ ਐਡਾ ਵੱਡਾ ਤੁਸੀਂ ਬੰਦਾ ਲਿਆ ਸਾਡੀ ਦੁਆਰੀ ਨਹੀਂ ਜੀ 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 ਸੋ ਉਹਨਾਂ ਨਾਲ ਕਿ ਬਹੁਤ ਕੁਝ ਸਿੱਖਿਆ ਮੈਂ ਬਹੁਤ ਮਤਲਬ ਅਜੂਮੇਸ਼ ਕਰਦਾ ਐਡੀ ਵੱਡੀ ਪਰਸਨੈਲਿਟੀ ਐਡਾ ਵੱਡਾ ਕਾਦਵਾਲਾ ਬੰਦਾ ਪੈਦਾ ਹੋਣਾ ਬਹੁਤ ਔਖਾ ਜੀ ਅੱਛਾ ਟੰਡਨ ਸਾਹਿਬ ਉਸ ਟਾਈਮ ਤੇ ਜਿਹੜੀ ਟੈਕਨੋਲੋਜੀ ਸੀ ਜਾਂ ਫਿਲਮਾਂ ਬਣਦੀਆਂ ਸੀ ਤੇ ਅੱਜ ਵੀ ਤੁਸੀਂ ਲਗਾਤਾਰ ਕੰਮ ਕਰ ਰਹੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੀਆਂ ਹੁਣ ਵੀ 7-8 ਫਿਲਮਾਂ ਰਿਲੀਜ਼ ਹੋਣ ਵਾਲੀਆਂ ਨੇ ਤੇ ਉਸ ਟਾਈਮ ਤੇ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਆਰਟਿਸਟਾਂ ਦੇ ਵਿੱਚ ਕੀ ਡਿਫਰੈਂਸ ਨਜ਼ਰ ਆਉਂਦਾ ਜਾਂ ਟੈਕਨੋਲੋਜੀ ਚ ਕੀ ਡਿਫਰੈਂਸ ਟੈਕਨੋਲੋਜੀ ਆਬਵੀਅਸਲੀ ਬਹੁਤ ਸਾਰਾ ਡਿਫਰੈਂਸ ਹੈ ਬਟ ਆਰਟਿਸਟਾਂ ਦੇ ਬਿਹੇਵੀਅਰ ਜਾਂ ਸੋਸ਼ਲ ਬਾਜੀ ਜੋ ਵੀ ਤੁਸੀਂ ਆਬਜ਼ਰਵ ਕੀਤਾ ਉਸ ਟਾਈਮ ਤੇ ਅੱਜ ਦੇ ਮਾਹੌਲ ਚ ਉਹਦੇ ਬਾਰੇ ਥੋੜਾ ਚੰਨਣਾ ਪਾਓ ਸਾਡੇ ਦਰਸ਼ਕਾਂ ਨੂੰ ਮੈਂ ਐਕਟਰਾਂ ਨੂੰ ਦੇਖੋ ਐਕਟਿੰਗ ਹੀ ਕਰਨੀ ਹੈ ਜੀ ਉਹਨੂੰ ਟੈਕਨੀਕ ਦਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਦਾ ਤੁਹਾਡੀ ਇੰਟਰਵਿਊ ਆ ਰਹੀਆ ਕੈਮਰਾਮੈਨ ਐਂਗਲ ਇਹਧਰੋਂ ਲਾਉਦਾ ਇਹਧਰੋਂ ਲਾਦਾ ਇਹਦਾ ਜੋਗ ਨਾ ਬੋਲੀ ਯਾਰ ਜੀ 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 ਇਸ ਕਰਕੇ ਐ ਕਨਸੈਪਟ ਕਹਾਣੀ ਹੈ ਉਹ ਸਭ ਠੀਕ ਹੈ ਸਿਰਫ ਇਹ ਹੈ ਕਿ ਉਦੋਂ ਐਕਟਰ ਇਹਨਾਂ ਬਿਜ਼ੀ ਨਹੀਂ ਹੁੰਦਾ ਜੀ ਹੁਣ ਮੈਂ ਦੇਖਿਆ ਐਕਟਰ 6-6 ਘੰਟੇ ਵਾਸਤੇ ਆਉਂਦਾ ਜੀ ਬਾਦੂ ਜੀ ਛੁੱਟੇ ਉਧਰ ਜਾਣਾ ਤੇ ਉਹ ਜਿਹੜਾ ਮੇਕਰ ਉਹ ਸਮ ਟਾਈਮ ਉਹ ਉਹ ਖੋ ਜਾਂਦਾ ਇਹ ਮੈਂ ਕਿੱਦਾਂ ਕਰਾਂ ਫਿਰ ਕਿਸ ਟਾਈਮ ਬੈਨ ਲਗਾ ਲਾਪੇ ਇਹ ਸਾਡੇ ਠੋਕ ਰਹੇ ਹਾਂਜੀ ਨਹੀਂ ਮੇਰਾ ਉਹੀ ਕਹਿਣ ਦਾ ਮਤਲਬ ਸੀ ਜੀ ਹੋਵੇ ਤੇ ਉਹ ਵੀ ਕੀ ਕਰਨਾ ਉਹ ਡੇਟਸ ਦਿੱਤੀਆਂ ਹੋਈਆਂ ਜੀ ਕੋਈ ਮਜਬੂਰੀ ਆ ਜਾਂਦੀ ਹੈ ਕੋਈ بارش ਪੈ ਗਈ ਕਿ ਮੌਸਮ ਖਰਾਬ ਹੋ ਗਿਆ ਮੇਰਾ ਕੁਐਸਚਨ ਇਹ ਸੀਗਾ ਟੈਂਡੈਂਸ ਆ ਕਿ ਫਿਰ ਉਹਦੀ ਕੁਆਲਿਟੀ ਅਗਰ ਉਹ ਬਹੁਤ ਵਧ ਗਈ ਹਾਂਜੀ ਔਰ ਸਾਰੇ ਦੇਖੋ ਇਵਰ ਸ਼ਿੰਗਰ ਮੈਂ ਪਹਿਲਾਂ ਅਰਜ਼ੀ ਕੀਤੀ ਹੈ ਕਿ ਮੈਂ ਇੰਦਰਾ ਵਿਲੀਪੁਰਾਣੀ ਹੀਰੋਇਨ ਸੀ ਉਹਨਾਂ ਤੋਂ ਲੈ ਕੇ ਹੁਣ ਤੱਕ ਦੀ ਕੋਈ ਹੀਰੋਇਨ ਜਿਹਦੇ ਨਾਲ ਮੈਂ ਕੰਮ ਨਹੀਂ ਕੀਤਾ ਸਿਵਾ ਇੱਕ ਬੜੀ ਬਹੁਤ ਅੱਛੀ ਬ੍ਰੈਂਡ ਨੇ ਬਹੁਤ ਅੱਛੀ ਲੇਡੀ ਹੈ ਆਪ੍ਰੀਤੀ ਸਪਨ ਉਹਨਾਂ ਤੋਂ ਇਲਾਵਾ ਕੋਈ ਐਸੀ ਹੀਰੋਇਨ ਨਹੀਂ ਜਿਹਦੇ ਨਾਲ ਮੈਂ ਕੰਮ ਨਹੀਂ ਕੀਤਾ ਕੋਈ ਹੀਰੋ ਨਹੀਂ ਹੈ ਆਈ ਜਿਹਨੇ ਸ਼ਿੰਗਰ ਸਾਰੇ ਕੋਈ ਲਿਆ ਲੋ ਗੁਰਦਾਸ ਸਿੰਘ ਭਾਈ ਤੋਂ ਲੈ ਕੇ ਹਾਂਸਰਾਜ ਸਿੰਘ ਭਾਜੀ ਬਲਜੀਤ ਗਿੱਪੀ ਆਪਣੇ ਅਮਰਿੰਦਰ ਗਿੱਲ ਹੁਣ ਮੈਂ ਫਿਲਮ ਕਰ ਰਿਹਾ ਐਮੀ ਵੈਰ ਨਾਲ ਗੱਡੀ ਜਾਂਦੀ ਚਲਾਗਾ ਮਾਰਦੀ ਸਾਰੇ ਬਹੁਤ ਪਿਆਰ ਕਰਦੇ ਬਹੁਤ ਇਜ਼ਤ ਕਰਦੇ ਹੈ ਕਈ ਵਾਰ ਉਹਨਾਂ ਨੂੰ ਐਂ ਲੱਗਦਾ ਕਿ ਮੇਰੀ ਚੋੜੀ ਛੋਟੀ ਹੈ ਇਹਨਾਂ ਦਾ ਪਿਆਰ ਮੈਨੂੰ ਬਹੁਤ ਮਿਲਦਾ ਚਾਹ ਦੇਸ਼ਾ ਕਰਕੇ ਮੈਂ ਚਲੀ ਜਾ ਰਿਹਾ ਹਾਂ ਸੋ ਅਮਰੀਕੀ ਕੋਈ ਐਸਾ ਹੀਰੋ ਹੀਰੋ ਨਹੀਂ ਹੈ ਐਕਟਰ ਨਹੀਂ ਹੈ ਜਿਸ ਨਾਲ ਮੈਂ ਕੰਮ ਨਹੀਂ ਕੀਤਾ ਜੀ ਜੀ ਸੋ ਸਾਰੇ ਹੀ ਐਕਟਰ ਵਧੀਆ ਕੰਮ ਕਰ ਰਹੇ ਆ ਇਟਸ 올 ਆਰ ਨਾਈਜ਼ ਬੇਨੂ ਟੂ ਲੋ ਦੇਖੋ ਕਿਥੋਂ ਆਜ ਮੇਨ ਅਟਰੈਕਸ਼ਨ ਬਣ ਗਿਆ ਅਡੈਕਟਰ ਬਣ ਗਿਆ ਹਾਂਜੀ ਹਾਂਜੀ ਬੋਲੀ ਕਰਦੇ ਕਰਦੇ ਹੋਰ ਕਈ ਐਕਟਰਸ ਆ ਔਰ ਹਰ ਬੰਦੇ ਨੂੰ ਹੱਕ ਅਰਾਈਜ਼ ਕਰਦਾ ਜਿਸ ਨਾਲ ਬਿਲਕੁਲ ਬਿਲਕੁਲ ਤੁਸੀਂ ਹਾਂ ਟੈਲੈਂਟਡ ਹੋ ਤਾਂ ਮਿਹਨਤ ਕਰਨ ਦਾ ਤੁਹਾਡਾ ਬਿਲਕੁਲ ਆ ਆਖਿਰ ਵਿੱਚ ਮੇਰਾ ਇਹ ਕੁਐਸਚਨ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਤੋਂ 50 ਸਾਲਾਂ ਤੋਂ ਜਿੰਨਾ ਵੀ ਤੁਸੀਂ ਐਕਸਪੀਰੀਅੰਸ ਹਾਸਿਲ ਕੀਤਾ ਔਰ ਜਿਹੜੇ ਅੱਜ ਦੇ ਕਲਾਕਾਰ ਨੇ ਜਾਂ ਫਿਰ ਜਿਹੜੇ ਸਟਰਗਲ ਕਰ ਰਹੇ ਨੇ ਆਉਣ ਵਾਲੇ ਨੇ ਉਹਨਾਂ ਨੂੰ ਤੁਸੀਂ ਕੀ ਇੱਕ ਗੁਰ ਕੀ ਦੇਣਾ ਚਾਹੋਗੇ ਗੁਰ ਤੋਂ ਉਹੀ ਜਿਹੜਾ ਮੈਨੂੰ ਮਿਹਰ ਮਤਲ ਨ ਦਿੱਤਾ ਹਾਂਜੀ ਤੁਸੀਂ ਅੱਗੇ ਫਾਰਵਰਡ ਕਰ ਦਿਓ ਕਿਹੜੇ-ਕਿਹੜੀਆਂ ਚੀਜ਼ਾਂ ਜਿਹੜੀਆਂ ਨਵੇਂ ਕਲਾਕਾਰਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਦੀ ਨਿੰਦਾ ਚੋਗਰੀ ਚ ਨਾ ਪਾਵੋ ਬਸ ਉਹੀ ਗੁਣ ਸਿੱਖੋ ਜੋ ਉਹਨਾਂ ਨੇ ਕਿਹਾ ਸੀ ਇਹ ਚੀਜ਼ ਸਿੱਖੋ ਗੱਲ ਕਿ ਸਭ ਤੋਂ ਔਖਾ ਕੰਮ ਹੈ ਕਿਸੇ ਨੂੰ ਆਪਣਾ ਵੱਡਾ ਕਹਿਣਾ ਆਗੁਰੂ ਨੰਬਰ ਦਾ ਬੜਾ ਸਮਝੋ ਕਿਸੇ ਨੂੰ ਆਪ ਤੋ ਨੀਵਾਨਾ ਸਮਝੋ ਇਹ ਦੇਖੋ ਮੈਂ ਸਾਰਾ ਬੰਦਾ ਕਰਦਾ ਤੁਸੀਂ ਵੀ ਕਰਦੇ ਹੋ ਮੈਂ ਵੀ ਕਰਦਾ ਹਰ ਬੰਦਾ ਕਰਦਾ ਲੇਕਿਨ ਤੁਹਾਨੂੰ ਉਹਦਾ ਫਲ ਤੁਹਾਡੇ ਕਰਮ ਦੇ ਹਨਗੇ ਬਿਲਕੁਲ ਜੇ ਜਦੋਂ ਆਗੁਰੂ ਦੀ ਬਖਸ਼ੀਸ਼ ਬਖਸ਼ੀਸ਼ ਹੋਏਗੀ ਉਦੋਂ ਤੁਸੀਂ ਕਰਕੇ ਆਪਸੇ ਸਾਰੇ ਐਸੀ ਕੋਈ ਗੱਲ ਨਹੀਂ ਮੈਂ ਕਹਾਂ ਕੋਈ ਖਾਸ ਗੱਲਵਾਟ ਹੈ ਕੋਈ ਗੁਰੂ ਪੀਸਾ ਮੈਂ ਜੀਦਾ ਲੇਕਿਨ ਫਿਰ ਵੀ ਬੈਨਰਸ ਨੇ ਆਪਣੇ ਆਪਣੇ ਟੱਬਰ ਬਣਾ ਲਏ ਹਾਂਜੀ ਮਨੋਜ ਕੁਮਾਰ ਦਾ ਪੁਰਾ ਬੈਨਰ ਸੀ ਆਪਣਾ ਟੱਬਰ ਸੀ ਇਹ ਐਕਟਰ ਲੈਣੇ ਆ ਉਹ ਹਰ ਇੱਕ ਵੰਦਾ ਸਿਪੀਆਂ ਦਾ ਆਪਣਾ ਸੀਗਾ ਉਹ ਚੱਲਦਾ ਆ ਰਿਹਾ ਹੁਣ ਵੀ ਚੱਲਦਾ ਆ ਰਿਹਾ ਲੇਕਿਨ ਉਹਦੇ ਨਾਲ ਕੋਈ ਐਸੀ ਗੱਲ ਹੈ ਸਾਰੇ ਐਕਟਰ ਕੰਮ ਕਰੀ ਜਾਂਦੇ ਆ ਜਦੋਂ ਉੱਪਰ ਵਾਲਾ ਖਾਸ ਕਰਕੇ ਸਾਰੀਆਂ ਲੇਡੀਜ਼ ਜਿਹੜੇ ਕਰੈਕਟਰ ਕਰੈਕਟਰਸ ਆ ਦੇ ਆਰ ਵੈਰੀ ਨਾਈਸ ਬਹੁਤ ਪਿਆਰ ਕਰਦੀਆਂ ਮੈਨੇ ਐਨੇ ਅਸੀਂ ਵੀ ਇਜਤ ਕਰਦੇ ਆ ਜੋ ਬੈਠਨੇ ਸਿਰ ਤੇ ਲਾਦੇ ਇੱਕ ਟੱਬਰ ਬੈਠਾ ਪਰਾਂ ਵਾਂਗੂ ਇੱਕ ਅੱਛੇ ਹਾਂਜੀ ਇਹੇ ਮੇਰੀ ਕਾਫੀ ਵਾਰੀ ਡਿਸਕਸ਼ਨ ਹੁੰਦਾ ਇਸ ਚੀਜ਼ ਦੇ ਉੱਤੇ ਕਿ ਜਦੋਂ ਮੈਂ ਇਸ ਲਈ ਤੁਹਾਨੂੰ ਉਹੀ ਕੁਐਸਚਨ ਪੁੱਛਿਆ ਸੀਗਾ ਕਿ ਤੁਹਾਨੂੰ ਅੱਜ ਉਹ ਫੀਲ ਤਾਂ ਨਹੀਂ ਹੁੰਦਾ ਪੁਰਾਣੇ ਜਿਵੇਂ ਪੁਰਾਣੇ ਟਾਈਮ ਤੇ ਨਹੀਂ ਟੈਕਨੋਲੋਜੀ ਨਹੀਂ ਸੀ ਇੰਨਾ ਆਰਟੀਫੀਸ਼ਲ ਆਰਟਿਸਟ ਨਹੀਂ ਸੀ ਇੰਨਾ ਬਾਉਂਸਰ ਵਾਲਾ ਉਹ ਨਹੀਂ ਸੀਗਾ ਤੇ ਇੱਕ ਫੈਮਿਲੀ ਵਾਂਗੂ ਮਾਹੌਲ ਲੱਗਦਾ ਸੀ ਤੇ ਅੱਜ ਜਿਹੜਾ ਉਹ ਥੋੜਾ ਜਿਹਾ ਦੇਖ ਲਿਆ ਕਿ ਬਹੁਤ ਸਟਾਰਡਮ ਥੋੜਾ ਆਇਆ ਹੁੰਦਾ ਲੇਕਿਨ ਲੋਕੀ ਸ਼ੋਅ ਫ ਜ਼ਿਆਦਾ ਕਰਦੇ ਨੇ ਤੇ ਉਹ ਵਾਲਾ ਤੁਹਾਨੂੰ ਫਰਕ ਲੱਗਦਾ ਕਿ ਦੇਖੋ ਟੈਕਨੋਲੋਜੀ ਹੁਣ ਵੈਨਾ ਬਣੀ ਆ ਹਾਂਜੀ ਆਤੇ ਸੁਹਾਣਾ ਪਿੰਡ ਮੈਂ ਸ਼ੂਟਿੰਗ ਕਰਨ ਆਇਆ ਸੀ ਯਮਲਾ ਜੱਟ ਦੀ ਹੈਲਨ ਜੀ ਮੇਰੇ ਨਾਲ ਸੀਗੇ ਜੀ ਤੇ ਸਾਨੂੰ ਦੋ ਮਜਿਆਂ ਤੇ ਬਿਠਾ ਦਿੱਤਾ ਉਹਨਾਂ ਨੇ ਮੇ ਕ ਮੇ ਕ ਪਰ ਜਾਂਦਾ ਤੇ ਮੈਨੂੰ ਬੱਚੇ ਆ ਕੇ ਪੜਨੇ ਤੇ ਕਹਿੰਦੇ ਹਾਂ ਤੂੰ ਤੇ ਰਾਜੇ ਬਣੋਗੇ ਤੂੰ ਮੇਰੇ ਮੁੱਛਾਂ ਜੀ ਹੀਪੀ ਟਾਈਪ ਗਰੇ ਮੁੱਛਾਂ ਲਾਤੀਆਂ ਤੇ ਕ ਲੇਡੀ ਆਏ ਕਹਿੰਦੇ ਭਾਈ ਤੇਰੀਆਂ ਮੁੱਛਾਂ ਤਾਂ ਜਿਵੇਂ ਸਲਵਾਰ ਸੁਖਨੇ ਬਾਈ ਹੁੰਦੀ ਸੋ ਉਹ ਗੱਲ ਜੀ ਹੁਣ ਪਤਾ ਵੈਚ ਵੱਡ ਜਾਂਦਾ ਕਿ ਪ੍ਰਾਈਵੇਸੀ ਆ ਬਟੂ ਆਰਾਮ ਕੋ ਤੋਨੋ ਅਗਰ ਟੈਕਨੀਕ ਵੱਧ ਗਈ ਤੇ ਫੈਸਿਲਿਟੀਆਂ ਵੱਧ ਗਈਆਂ ਜੀ ਜੀ ਐਕਟਰ ਨੂੰ ਵੀ ਹਰੇਕ ਬੰਦੇ ਨੂੰ ਕੰਮ ਕਰਨਾ ਈਜ਼ੀ ਹੋ ਗਿਆ ਰਿਲੈਕਸ ਮੂਡ ਚ ਕੰਮ ਸਾਰੇ ਕਰਦੇ ਔਰ ਮੈਂ ਅਗਰ ਇਹੇ ਦੁਆ ਕਰਾਂਗਾ ਮਹਾਰਾਜ ਨੂੰ ਕਿ ਇਹ ਪੰਜਾਬੀ ਇੰਡਸਟਰੀ ਹੈ ਬਹੁਤ ਪਲੇ ਭਲੇ ਸਾਡੀ ਮਾਂ ਬੋਲੀ ਹੈ ਔਰ ਸਿਆਣੇ ਬੰਦੇ ਕਹਿੰਦੇ ਆ ਕਿ ਜ਼ਿੰਦਗੀ ਤਿੰਨ ਚੀਜ਼ਾਂ ਨਾਲ ਬੋਲੋ ਮਾਂ ਮਾਤਭੂਮੀ ਤੇ ਮਾਂ ਬੋਲੀ ਬਿਲਕੁਲ ਮੇਰੀ ਮਾਂ ਬੋਲੀ ਪੰਜਾਬੀ ਹੈ ਔਰ ਮੇਰੀ ਇਹ ਹਮੇਸ਼ਾ ਅਰਦਾਸ ਹੋਊਗੀ ਗੁਰੂ ਮਹਾਰਾਜ ਦੀ ਕਿ ਮੇਰੀ ਮਾਂ ਬੋਲੀ ਹੋਰ ਤਰਕੀਆਂ ਕਰੇ ਡੈਟਸ ਗੇਟ ਟੈਂਡੈਂਸ ਆ ਮੇਰਾ ਰੈਗੂਲਰ ਕੁਐਸਚਨ ਇਹ ਹੈ ਕਿ ਤੁਹਾਡਾ ਫੇਵਰਿਟ ਐਕਟ੍ਰੈਸ ਤੇ ਐਕਟਰ ਪੋਲੀਵੁੱਡ ਚੋਂ ਵੀ ਪੰਜਾਬੀ ਇੰਡਸਟਰੀ ਚੋਂ ਵੀ ਤੇ ਬੋਲੀਵੁੱਡ ਚੋਂ ਵੀ ਕੌਣ ਨੇ ਨਹੀਂ ਬੋਲੀਵੁੱਡ ਚ ਦਾ ਦਲੀਪ ਕੁਮਾਰ ਜੀ ਅਮਤਾ ਬਚਨ ਜੀ ਕਮਾਲ ਦੇ ਐਕਟਰ ਮਤਲਬ ਇਹ ਦੁਆਰਾ ਨਹੀਂ ਪੈਦਾ ਹੋ ਸਕਦੇ ਵੈਸੇ ਮੈਂ ਕਹਿਣਾ ਉਹਨਾਂ ਕਿ ਬਾਲੀਵੁੱਡ ਚ ਤਿੰਨ ਬੰਦੇ ਰਿਪਲੇਸ ਨਹੀਂ ਹੋ ਸਕਦੇ ਜੀ ਪ੍ਰਾਨ ਸਾਹਿਬ ਹਾਂਜੀ ਹੈਲਨ ਜੀ ਜੀ ਔਰ ਮਹਿਮੂਦ ਮਹਿਮੂਦ ਸਾਹਿਬ ਬਿਲਕੁਲ ਬਿਲਕੁਲ ਔਰ ਹੀਰੋਇਨ ਸੋ ਮੇਰੀ ਫੇਵਰਟ ਰਹੀ ਹੈ ਵਹੀਦਾ ਰਹਿਮਾਨ ਜੀ ਔਰ ਬੁਜੰਤੀ ਮਾਲਾ ਜੀ ਪੁਰਾਣੇ ਚ ਔਰ ਨਵੇਂ ਚ ਮਾਦੇ ਦੀਕਸ਼ਾ ਹਾਂਜੀ ਔਰ ਸਾਰਿਆਂ ਦੇ ਫੇਵਰਟ ਨੇ ਮੈਂ ਵੀ ਸਾਰਿਆਂ ਦੇ ਨਾਲ ਹੀ ਹਾਂ ਜੀ ਤੇ ਪੰਜਾਬੀ ਮੇਕਰ ਮਨੋਜ ਕੁਮਾਰ ਜੀ ਰਮੇਸ਼ ਜੀ ਵੀ ਔਰ ਰਾਜ ਕੋਚਲਾ ਸਹੀ ਪੁਰਾਣੇ ਵਿੱਚ ওকে ਔਰ ਜਿਹੜੇ ਬਾਦਸ਼ਾਹ ਹੁੰਦੇ ਸੁਭਾਸ਼ ਕਈ ਮੈਨੇ ઓਕੇ ਤੇ ਅੱਜ ਕੱਲ ਜਿਹੜੇ ਅੱਜ ਕੱਲ ਦੇ ਪੰਜਾਬੀ ਪੰਜਾਬੀ ਦੇ ਜਿਹੜੇ ਮੇਕਰਸ ਨੇ ਜਾਂ ਫਿਰ ਜਿਹੜੇ ਐਕਟਰਸ ਨੇ ਉਹ ਕਿਹੜੇ ਕਿਹੜੇ ਪਸੰਦ ਨੇ ਸਾਰੇ ਮੇਰੇ ਕੰਮ ਪਹਿਲਾਂ ਰੂਲ ਕੀਤਾ ਨਿਸ਼ੀ ਜੀ ਨੇ ਇੰਦਰੇ ਬਿੱਲੀ ਨੇ ਜਿਹੜੀ ਜੀ ਜੀ ਹਮ ਹਮ ਦੋਨੋਂ ਨੇ ਕਮਾਲ ਕੀਤੀ ਉਹ ਰਵਿੰਦਰ ਕਪੂਰ ਕਮਾਲ ਸੀ ਜੀ ਇਹਨਾਂ ਹੀਰੋਆਂ ਚ ਤੇ ਮੇਕਰਾਂ ਚ ਦੇ ਪਾਖੜੀ ਖਾਨਦਾਨ ਨੇ ਬਹੁਤ ਰੋਲ ਕੀਤਾ ਪਾਖੜੀ ਖਾਨਦਾਨ ਸਾਰੇ ਕੋਈ ਡਾਇਰੈਕਟਰ ਸੀਗੇ ਕੋਈ ਰਾਈਟਰ ਸੀਗੇ ਤੇ ਬਹੁਤ ਚੰਗੇ ਬੱਚੇ ਆ ਗਏ ਜ਼ਵਾਜ ਪਾਖੜੀ ਸਤੀਸ਼ ਪਾਖੜੀ ਜੀ ਉਹਨੇ ਮੌਨ ਪਾਖੜੀ ਉਹਦੇ ਛੋਟੇ ਬਿੱਤੀ ਜਵਾ ਜੱਟੀ ਤੇ ਉਹ ਵੀ ਉਹਨਾਂ ਪਹਿਲੀ ਫਿਲਮ ਜੀ ਪਾਖੜੀ ਰੀਮੇਕ ਬਣਾਇਆ ਸੀਗਾ ਸੋ ਉਹ ਐਕਟਰਾਂ ਚ ਸਾਰੇ ਇੱਕੋ ਜਿਹੇ ਜਿਹੇ ਪੰਜਾਬੀ ਦੇ ਸਾਡੇ ਟਾਈਮ ਦੇ ਐਕਟਰ ਸੀਗੇ ਜਿਹੜੇ ਜਿਆਦਾ ਚੱਲ ਰਹੇ ਸੀ ਉਹਨਾਂ ਦਾ ਸतीश ਕੋਲ ਕਾफी ਚੱਲ ਰਹੇ ਸੀ ਵਰਿੰਦਰ ਸतीश ਕੋਲ ਮੇਰੇ ਵੀ ਫੇਵਰਟ ਨੇ ਆਈ ਲਵ ਵਰਿੰਦਰ ਕੋ ਗੀ ਮਨੋਜ ਕੁਮਾਰ ਨੂੰ ਮੇਕਰ ਵਧੀਆ ਸੀਗਾ ਜੀ ਮਨੋਜ ਕੁਮਾਰ ਭਾਵੇਂ ਐਕਟਰ ਠੀਕ ਸੀਗੇ ਹੂੰ ਹੂੰ ਉਹਦਾ ਵਰਿੰਦਰ ਜੀ ਐਕਟਰ ਠੀਕ ਸੀਗੇ ਬਟ ਐਜ਼ ਅ ਫਿਲਮ ਮੇਕਰ ਹੀ ਵਾਸ ਫਰ ਔਰ ਅੱਜ ਉਹਦੇ ਫਿਲਮਾਂ ਨੂੰ ਯਾਦ ਕੀਤਾ ਜਾਂਦਾ ਹੈ ਜੀ ਅੱਜ ਦੇ ਜਿਹੜੇ ਵੀ ਬੜਾ ਅੱਛਾ ਸੀ ਡਾਇਰੈਕਟਰ ਨੇ ਮੈਂ ਕੀਤਾ ਜਟਨ ਜੁਲੀਅਟ ਦਲਜੀਤ ਜੀ ਦੀ ਨਾ ਫਿਲਮ ਦਲਜੀਤ ਫੈਂਟੈਸਟਿਕ ਐਕਟਰ ਔਰ ਡਾਇਰੈਕਟਰ ਜੀ ਅਨੁਰਾਗ ਅਨੁਰਾਗ ਜੀ ਜੀ ਅੱਜ ਕੱਲ ਬਹੁਤ ਅੱਛਾ ਵੈਰੀ ਫਿਲਮ ਕਚੇਰੀ ਰਵਿੰਦਰ ਪੀਪਲ ਜਿਹਨੇ ਕੀਤੀ ਡਾਇਰੈਕਟ ਹਾਂਜੀ ਉਹ ਪਹਿਲਾਂ ਅਸਿਸਟੈਂਟ ਰਾਜਪੂਰ ਸਾਹਿਬ ਦੇ ਜੀ ਜੀ ਕਮਾਲ ਦੇ ਡਾਇਰੈਕਟਰ ਔਰ ਅੱਜ ਕੱਲ ਜਿਹੜੇ ਚੱਲ ਰਹੇ ਡਾਇਰੈਕਟਰ ਸ਼ਮੀਪ ਕੰਗ ਜੀ ਪੇ ਔਰ ਸ਼ੇਖੀ ਚੌਧਰੀ ਹਾਂਜੀ ਦੇਖੋ ਸਾਰੇ ਕਾਮੇਡ ਸਾਰੇ ਬੜਾ ਕਾਮੇਡੀ ਟੈਂਡਰ ਜਿਹੜੇ ਬਣ ਰਹੇ ਐ ਲੇਕਿਨ ਗਿਪੀ ਘਰੇਵਾਲ ਐਜ਼ ਅ ਫਿਲਮ ਮੇਕਰ ਐਜ਼ ਅ ਐਕਟਰ ਛਾਇਪ ਸਾਰੇ ਅੱਜ ਹਰੇਕ ਬੰਦਾ ਦੇਖੋ ਅਮਰਿੰਦਰ ਜਿਹੜੇ ਸਿੰਗਰ ਵੀ ਐ ਮੇਕਰ ਵੀ ਐ ਔਰ ਇਹਨਾਂ ਚ ਕੋਈ ਡਾਇਰੈਕਟਰ ਵੀ ਬਣ ਗਏ ਸੋ ਆਲ ਆਰ ਡੂਇੰਗ ਵੈਰੀ ਗੁੱਡ ਮੇਰੇ ਖਿਆਲ ਅੱਜ ਦੇ ਪੰਜਾਬੀ ਐਕਟਰਾਂ ਚੋਂ ਚੁਣਨਾ ਔਖਾ ਐ ਕਿ ਕੌਣ ਵਧੀਆ ਐ ਸਾਰੀ ਵਧੀਆ ਮੈਂ ਕਹਿੰਨਾ ਐਮੀ ਵਰਕ ਨੇ ਕਮਾਲ ਕੀਤੀ ਵੀ ਹੈ ਪਿਛਲੇ ਦਿਨਾਂ ਸਾਰੀਆਂ ਫਿਲਮਾਂ ਜਿਹੜੀਆਂ ਢਿੱਲੀਆਂ ਗਈਆਂ ਤੇ ਐਮੀ ਵਰਕ ਦੀ ਫਿਲਮ ਸਿਪਰਹਟ ਗਈ ਹੈ ਜੋਗੋਨ ਜੋਗੋਨੇ ਹੀਰੋਇਨ ਚੋਂ ਸਰਗੁਣ ਮਹਿਤਾ ਜੀ ਔਰ ਜਿਹੜੀ ਮੇਰੀ ਫੇਵਰੇਟ ਐਕਚੁਅਲੀ ਹੈ ਮੈਂ ਕੰਮ ਕੀਤਾ ਉਹ ਨਾਲ ਉਹ ਨਿਰੂ ਬਾਜਵਾ ਥੈਟਸ ਗ੍ਰੇਟ ਸਾਡਾ ਇੱਕ ਕਲਾਸਿਕ ਸੈਗਮੈਂਟ ਹੈ ਮੇਰੇ ਕੋਈ ਪੰਜ ਕਾਰਡ ਨੇ ਜਿਨ੍ਹਾਂ ਵਿੱਚੋਂ ਤੁਸੀਂ ਇੱਕ ਚੂਜ਼ ਕਰਨਾ ਹੈ ਮਤਲਬ ਇਹ ਤੁਹਾਡੀ ਕਿਸਮਤ ਹੈ ਇੱਕ ਟੌਪਿਕ ਹੋਏਗਾ ਔਰ ਤੁਸੀਂ ਉਸ ਦੇ ਉੱਤੇ ਬੋਲਣਾ ਹੈ ਤੁਸੀਂ ਦਾਜਾ ਕੋੜਾ ਲਾ ਇਹ ਮੈਂ ਨਹੀਂ ਦੱਸੂਗੀ ਇਹ ਮੈਂ ਤੁਹਾਨੂੰ ਇਦਾਂ ਕਰਕੇ ਬੇਟਾ ਮਿੰਟ ਲਓਜੀ ਤੁਸੀਂ ਜਿਹੜਾ ਤੁਹਾਡਾ ਮਨ ਕਰਦਾ ਤੁਸੀਂ ਕਲੈਕਟ ਕਰ ਲਓ ਕੀ ਹੈਗਾ ਦੋਸਤੀ ਹਾਂਜੀ ਹੁਣ ਦੋਸਤੀ ਦੇ ਉੱਤੇ ਤੁਸੀਂ ਕੋਈ 1 ਮਿੰਟ ਦਾ ਵਧੀਆ ਜਿਹਾ ਕੁਝ ਬੋਲਣਾ ਚਾਹੋ ਤਾਂ ਪਲੀਜ਼ ਮੇਰਾ ਖਿਆਲ ਹੈ ਕਿ ਦੁਨੀਆਂ 'ਚ ਲੋਕ ਕਹਿੰਦੇ ਭੈਣ ਭਰਾ ਦਾ ਰਿਸ਼ਤਾ ਹੈ ਮਾਂ ਪਿਓ ਦਾ ਰਿਸ਼ਤਾ ਹੈ ਬੇਬੀ ਲੜ ਪਤੀ ਪਤੀ ਦਾ ਰਿਸ਼ਤਾ ਹੈ ਪਰ ਮੇਰਾ ਖਿਆਲ ਹੈ ਕਿ ਜ਼ਿੰਦਗੀ 'ਚ ਅਗਰ ਸਭ ਤੋਂ ਵੱਡਾ ਕੋ ਰਿਸ਼ਤਾ ਦੋਸਤੀ ਹੈ ਵਾਓ ਤੁਹਾਡਾ ਪਿਓ ਵੀ ਤੁਹਾਡਾ ਦੋਸਤ ਹੋ ਸਕਦਾ ਹੈ ਬਿਲਕੁਲ ਜੇ ਤੁਹਾਨੂੰ ਮਾਂ ਗਾਈਡ ਕਰਦੀ ਹੈ ਤੁਹਾਡੀ ਕਈ ਵਰੀ ਪੁੱਤ ਨੂੰ ਕਰਦੀ ਗਾਈਡ ਮਾਂ ਵੀ ਦੋਸਤ ਹੁੰਦੀ ਹੈ ਭੈਣ ਵੀ ਦੋਸਤ ਹੁੰਦੀ ਹੈ ਭਰਾ ਵੀ ਦੋਸਤ ਹੁੰਦਾ ਕਈ ਵਰੀ ਉਹ ਤੁਹਾਨੂੰ ਕਈ ਵਰੀ ਭਰਾ ਬਣ ਕੇ ਜਾਂ ਮਾਂ ਬਣ ਕੇ ਜਾਂ ਪਿਓ ਬਣ ਕੇ ਉਹ ਤੁਹਾਨੂੰ ਨਹੀਂ ਸਮਝਾ ਰਹੇ ਦੋਸਤ ਬਣ ਕੇ ਸਮਝਾਉਂਦਾ ਹੈ। ਔਰ ਉਹ ਜੋ ਦੋਸਤ ਬਣ ਕੇ ਸਮਝਾਵੇ ਮਾਂ ਪਿਓ ਪੈਰ ਪਰ ਕੋਈ ਵੀ। ਉਦੋਂ ਫਿਰ ਰਿਸ਼ਤਾ ਹੋਰ ਨੇੜੇ ਹੋ ਜਾਂਦਾ। ਹੋਰ ਨੇੜੇ ਹੋ ਜਾਂਦਾ। ਔਰ ਉਸ ਚੀਜ਼ ਦਾ ਇਫੈਕਟ ਜ਼ਿਆਦਾ ਹੁੰਦਾ। ਬਿਲਕੁਲ ਬਿਲਕੁਲ। ਉਹ ਇਹ ਹੋ ਜਾਂਦਾ ਕਿ ਯਾਰ ਇਹ ਮੇਰੀ ਮਾਂ ਮੈਨੂੰ ਪੁੱਤ ਤੋਂ ਸਮਝਦੀ ਹੈ ਮੈਨੂੰ ਦੋਸਤ ਸਮਝਦੀ ਹੈ। ਇਹ ਮੇਰੀ ਪ੍ਰੋਬਲਮ ਦਾ ਜਾਂ ਮੇਰੀ ਗਲਤ ਦਾ ਅਹਿਸਾਸ ਹੈ। ਹਾਂਜੀ। ਗਲਤ ਨਹੀਂ। ਤੋਂ ਇਸ ਕਰਕੇ ਮੇਰਾ ਖਿਆਲ ਹੈ ਕਿ ਸਭ ਤੋਂ ਸਾਰੇ ਰਿਸ਼ਤਿਆਂ ਦੇ ਵਿੱਚ ਦੋਸਤੀ ਹੋਣੀ ਜ਼ਰੂਰੀ ਹੈ ਤੁਹਾਡੇ ਸਾਹਮਣੇ। ਰੱਬ ਨਾਲ ਲੈ ਲਓ ਜੇ ਤੁਹਾਡੇ ਨੂੰ ਦੋਸਤੀ ਨਹੀਂ ਹੈ। ਤੇ ਉੱਪਰ ਵਾਲੇ ਨਾਲ ਨਾਲ ਬਿਲਕੁਲ ਸਹੀ ਜੀ ਸੋ اے ਸੰ ਵਿਜੇ ਟੰਡਨ ਸਾਹਿਬ ਜਿਨ੍ਹਾਂ ਨੇ ਕੀਤੀਆਂ ਅਸੀਂ ਖੁੱਲੀਆਂ ਗੱਲਾਂ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡਾ ਇਹ ਐਪੀਸੋਡ ਕਿਹੋ ਜਿਹਾ ਲੱਗਿਆ ਤੇ ਪਲੀਜ਼ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ ਹੁਣ ਦੋ ਸਾਨਿਆ ਪਨੋਂ ਇਜਾਜ਼ਤ ਧੰਨਵਾਦ